ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ, ਰਿੰਦਰਪ੍ਰੀਤ ਜੀ, ਮੈਂ ਜੀ ਆਇਆਂ ਅਖਤਰ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਸੱਤਾਧਾਰੀਆਂ ਦੀ ਪਾਵਰ ਟਸਲ ਇੱਕ ਅਹਿਮ ਮੋੜ ਘਟ ਗਈ। ਕੀ ਦਿੱਲੀ ਤੇ ਪੰਜਾਬ ਖੇਮਿਆਂ ਦੇ ਵਿੱਚ ਖੜਕ ਗਈ ਹੈ? ਇੱਕ ਅਹਿਮ ਅਸਤੀਫਾ ਹੋਇਆ, ਅਸਤੀਫਾ ਜਿਹਦੀ ਨਿਯੁਕਤੀ ਦੇ ਉੱਤੇ ਬਹੁਤ ਰੌਲਾ ਪਿਆ, ਉਹਦੀ ਚੁੱਪ ਚਾਪ ਰੁਖਸਤੀ ਕਈ ਸਵਾਲ ਖੜੇ ਕਰਦੀ, ਕਈਆਂ ਦੇ ਭਰਵੱਟੇ ਚੱਕਦੀ ਹੈ। ਬਹੁਤ ਅਹਿਮ ਪੋਸਟ ਜਿਹਦੇ ਬਾਰੇ ਮੰਨਿਆ ਜਾਂਦਾ ਹੈ ਕਿ ਇੱਥੇ ਫੈਸਲੇ ਰਸੂਖਦਾਰਾਂ ਵੱਲੋਂ ਕਰਵਾ ਲਏ ਜਾਂਦੇ ਸੀ ਜਾਂ ਰਸੂਖਦਾਰ ਇਹਨਾਂ ਮਾਮਲਿਆਂ 'ਚ ਸ਼ਾਮਲ ਹੁੰਦੇ। ਹੁਣ ਜਦੋਂ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਬੇਸ਼ੁਮਾਰ ਪੰਗਿਆਂ 'ਚ ਹੈ, ਤਾਂ ਉਸ ਵੇਲੇ ਦਿੱਲੀ ਤੋਂ ਆਉਂਦੀ ਇਹ ਨਿਯੁਕਤੀ, ਅਸਤੀਫਾ ਆਇਆ ਤੇ ਪ੍ਰਵਾਨ ਵੀ ਹੋ ਗਿਆ। ਰੇਰਾ ਦੇ ਚੇਅਰਮੈਨ ਸੱਤਿਆ ਗੋਪਾਲ ਆਪਣਾ ਕੰਮ ਛੱਡ ਕੇ ਜਾ ਚੁੱਕੇ ਨੇ। ਆਖਿਰ ਮਾਮਲੇ ਕੀ ਨੇ, ਇਹ ਠੰਡੀ ਜੰਗ ਕਿਸ ਪਾਸੇ ਪਹੁੰਚੀ ਹੈ, ਔਰ ਇਹ ਪਾਵਰ ਟਸਲ ਅਗਲੇ ਦੌਰ ਦੇ ਵਿੱਚ ਕਿਸ ਤਰ੍ਹਾਂ ਦੇ ਰੰਗ ਸਰੂਪ ਵਿਖਾਏਗੀ, ਇਹਦੇ ਉੱਤੇ ਚੱਲਦੇ। ਆਖਿਰ ਦੇ ਕਾਰਨ ਕੀ ਹੈ, ਪਾਵਰ ਟਸਲ ਹੈ ਵੀ ਹੈ ਕਿ ਨਹੀਂ, ਜਾਂ ਨਰੋਲ ਪ੍ਰਸ਼ਾਸਨਿਕ ਮਾਮਲਾ, ਇਹਨੂੰ ਸਮਝਣ ਦਾ ਯਤਨ ਕਰਦੇ ਹਾਂ। ਲੇਕਿਨ ਇੱਕ ਹੋਰ ਡਿਵੈਲਪਮੈਂਟ, ਬਹੁਤ ਅਹਿਮ ਡਿਵੈਲਪਮੈਂਟ ਇਸ ਖਿੱਤੇ 'ਚ ਗੱਠਜੋੜਾਂ ਨੂੰ ਲੈ ਕੇ। ਜਦੋਂ NDA ਨੇ ਹੁਣ ਇੰਡੀਆ ਬਲੋਕ ਦੇ ਸਾਹਮਣੇ, ਇੰਡੀਆ ਗੱਠਜੋੜ ਦੇ ਸਾਹਮਣੇ ਆਪਣੇ ਆਪ ਨੂੰ ਤੇਜ਼ ਤਰਾਰ ਤਰੀਕੇ ਨਾਲ ਪੇਸ਼ ਕਰਨਾ ਸ਼ੁਰੂ ਕੀਤਾ ਹੈ, ਜਦੋਂ ਜਯੰਤ ਚੌਧਰੀ, ਇਸ ਤੋਂ ਪਹਿਲਾਂ ਨਤੀਸ਼ ਕੁਮਾਰ, ਹੁਣ ਚੰਦਰ ਬਾਬੂ ਨਾਇਡੂ, ਕੀ ਅਕਾਲੀਆਂ ਨਾਲ ਗੱਲਬਾਤ ਅਗਲੇ ਦੌਰ 'ਚ ਦਾਖਲ ਹੋਈ? ਇਹ ਸਵਾਲ ਇਸ ਵੇਲੇ ਪੁੱਛਿਆ ਜਾ ਰਿਹਾ ਕਿ BJP ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਖਰਲੇ ਆਗੂਆਂ ਦਰਮਿਆਨ ਕੁੰਡਾ ਖੜਕਿਆ, ਗੱਲ ਹੋਈ, ਇਹਦੇ ਉੱਤੇ ਜਾਂਦੇ ਹਾਂ। ਅਹਿਮ ਡਿਵੈਲਪਮੈਂਟ ਆ, ਔਰ ਇਹਦੇ ਉੱਤੇ ਜਿਹੜੇ ਤੱਥ ਨਸ਼ਰ ਹੋ ਰਹੇ ਨੇ ਨੈਸ਼ਨਲ ਲੈਵਲ ਤੇ, ਇੱਕ ਵੱਡੀ ਅਖਬਾਰ ਕੁਝ ਰਿਵੀਲ ਕਰ ਰਹੀ ਹੈ, ਚੀਜ਼ਾਂ ਅੱਗੇ ਵਧਾਉਂਦੇ ਹਾਂ। ਤੀਜਾ ਮਾਮਲਾ, ਇਸ ਖਿੱਤੇ ਦੀ ਉਸ ਕਾਲੀ ਬੋਲੀ ਰਾਤ ਜਿਹਦੇ ਵਿੱਚ ਬਹੁਤ ਘਰਾਂ ਦੇ ਚਿਰਾਗ ਬੁੱਝ ਗਏ। ਅਕਸਰ ਕਿਹਾ ਜਾਂਦਾ ਕਿ ਚੁੱਲ੍ਹਿਆਂ 'ਚ ਘਾਹ ਉੱਗ ਗਏ। ਜਦੋਂ ਖਾੜਕੂਵਾਦ ਦਾ ਉਹ ਦੌਰ ਸੀ, ਜਦੋਂ ਕਾਲੀ ਰਾਤ ਸੀ, ਬਹੁਤ ਸਾਰੇ ਲੋਕ ਮਾਰੇ ਗਏ, ਬਹੁਤ ਸਾਰੇ ਲੋਕ ਅਣਪਛਾਤੇ ਕਹਿ ਕੇ ਸਾੜਤੇ ਗਏ, ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅੰਤਿਮ ਰਸਮਾਂ ਵੀ ਆਪਣੇ ਵੱਲੋਂ ਨਸੀਬ ਨਾ ਹੋਈਆਂ, ਉਹਨਾਂ ਦਾ ਮਾਮਲਾ ਇੱਕ ਵਾਰੀ ਫਿਰ ਹਾਈਕੋਰਟ 'ਚ ਪਹੁੰਚਿਆ, ਔਰ ਹਾਈਕੋਰਟ ਨੇ ਇਹਦੇ 'ਤੇ ਨੋਟਿਸ ਜਾਰੀ ਕੀਤਾ। RS ਬੈਂਸ, ਜਿਹੜੇ ਕਿ ਸੀਨੀਅਰ ਐਡਵੋਕੇਟ ਨੇ, ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਕੇਸ ਅੱਗੇ ਵਧਾਇਆ ਗਿਆ, ਔਰ ਕਿੰਨੇ ਕੁ ਲੋਕ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ, ਜਿਨ੍ਹਾਂ ਦੇ ਮਾਪੇ ਉਡੀਕਦੇ ਉਡੀਕਦੇ ਅੰਨੇ ਹੋ ਗਏ, ਜਿਨ੍ਹਾਂ ਦੇ ਘਰਾਂ ਦੇ ਦਰਵਾਜ਼ੇ ਕਦੀ ਖੜਕੇ ਹੀ ਨਾ, ਅੱਜ ਇੱਕ ਵਾਰੀ ਫਿਰ ਉਹਨਾਂ ਦੀ ਬਾਤ ਪੈ ਰਹੀ ਆ। ਪੰਜਾਬ ਦਾ ਇਹ ਸਿਆਹ ਦੌਰ ਤੇ ਇਸ ਦੌਰ ਦੀਆਂ ਬਾਤਾਂ ਪਾਉਣ ਵਾਲੇ, ਅਖੇ ਇਨਸਾਫ਼ ਦੇਵਾਂਗੇ, ਉਹ ਸਾਰੇ ਚੁੱਪ ਕਿਉਂ ਨੇ? ਮੈਂ ਅਗਲੇ ਸਮੇਂ 'ਚ ਜਾਊਂਗਾ ਤਾਂ ਸਾਡੇ ਲਗਭਗ ਕਈ ਦਿਨ ਪਹਿਲਾਂ ਇਹ ਮਾਮਲਾ ਇਸੇ ਮੰਚ ਤੋਂ ਉਠਾਇਆ ਸੀ। ਇੰਦਰਪ੍ਰੀਤ ਜੀ ਦੀ ਆਪਣੀ ਸਟੱਡੀ ਵੀ ਆ ਕਿ ਆਖਿਰ ਜੇਕਰ ਇੱਥੇ ਦੇ ਬੱਚਿਆਂ ਨੂੰ ਕੋਈ ਫਰੂਟ ਦਿੱਤਾ ਜਾਣਾ ਹੈ, ਜੇ ਕੇਂਦਰ ਕੁਝ ਪੈਸੇ ਦੇ ਰਿਹਾ ਕਿ ਤੁਸੀਂ ਬੱਚਿਆਂ ਨੂੰ, ਸਕੂਲੀ ਬੱਚਿਆਂ ਨੂੰ ਖਾਣੇ ਵਿੱਚ ਕੋਈ ਫਰੂਟ ਦੇਵੋ, ਤਾਂ ਉਹ ਜਿਹੜੇ ਕੇਂਦਰ ਤੋਂ ਆਉਂਦੇ ਪੈਸੇ ਆ, ਇੱਥੋਂ ਦੇ ਜਿਹੜੇ ਉਤਪਾਦਕ ਹੈ ਉਹਨਾਂ ਨੂੰ ਕਿਉਂ ਨਾ ਜਾਣ? ਸਥਾਨਕ ਫਰੂਟ ਕਿਉਂ ਸ਼ਾਮਲ ਨਾ ਹੋਵੇ? ਕੇਲਾ ਕਿਉਂ ਹੋਵੇ? ਕਿੰਨੂ ਕਿਉਂ ਨਾ ਹੋਵੇ? ਹੁਣ ਮੌਸਮੀ ਫਰੂਟ, ਮਤਲਬ ਕਹਿੰਦੇ ਹੁੰਦੇ ਪੈਸੇ ਸਮਾਂ ਲੰਘ ਜਾਣ ਤੇ ਕੀਤੇ ਫੈਸਲਿਆਂ ਦਾ ਸਵਾਦ ਸਵਾਦ ਨਹੀਂ ਰਹਿੰਦਾ, ਪਰ ਚਲੋ ਫੈਸਲਾ ਆ ਗਿਆ ਕਿ ਮੌਸਮੀ ਫਰੂਟ ਜਿਹੜੇ ਸ਼ਾਮਲ ਕੀਤੇ ਜਾਣ, ਕਿੰਨਾ ਸਾਡੇ ਇੱਥੇ ਗਰੋਵਰਸ ਨੂੰ ਫਾਇਦਾ ਹੁੰਦਾ? ਇੰਦਰਪ੍ਰੀਤ ਜੀ ਨਾਲ ਗੱਲ ਤੋਰਦੇ ਹਾਂ। ਸੰਜੇ ਸਿੰਘ ਤੇ ਕੇਜਰੀਵਾਲ ਨਾਲ ਜੁੜੇ ਦੋਨੇ ਕੇਸਾਂ ਦੇ ਵਿੱਚ ਕੁਝ ਅੰਦਰਲੀਆਂ ਗੱਲਾਂ ਭਾਸਕਰ ਸਾਹਿਬ ਤੁਹਾਡੇ ਨਾਲ ਸਾਂਝ ਪਾਉਣਗੇ। ਸੁਖਰਾਜ ਸਿੰਘ ਨਿਆਮੀ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਦੋਸ਼ ਲਾ ਰਿਹਾ,
ਧਮਕਾਉਣ ਦਾ ਮਾਮਲਾ ਕੀ ਆ ਸਮਝਣ ਦਾ ਯਤਨ ਕਰਦੇ ਹਾਂ। ਔਰ ਸਾਊਥ ਵਾਲੇ ਜੰਤਰ ਮੰਤਰ ਤੇ ਕੱਲ ਬੈਠੇ ਸੀ ਅਸੀਂ ਵੀ ਸਵੇਰੇ, ਇਹਦਾ ਕਾਫੀ ਰੌਲਾ ਰੱਪਾ ਪਾਇਆ ਸੀਗਾ। ਸਾਊਥ ਵਾਲੇ ਵੱਧ ਹਥਿਆਰਾਂ ਨੂੰ, ਆਰਥਿਕ ਹਥਿਆਰਾਂ ਨੂੰ ਲੈ ਕੇ ਬੈਠੇ ਹੋਏ ਸੀਗੇ। ਕੱਲ ਪ੍ਰਧਾਨ ਮੰਤਰੀ ਰਾਜ ਸਭਾ ਦੇ ਵਿੱਚ ਕਾਂਗਰਸ ਦੇ ਸਾਊਥ ਤੇ ਨਾਰਥ, ਉੱਤਰ ਤੇ ਦੱਖਣ ਚ ਵੰਡੀਆਂ ਪਾਉਣ ਦਾ ਦੋਸ਼ ਲਾਉਂਦੇ ਆ। ਕਰਨਾਟਕ ਵਾਲੇ ਕੀ ਕਰਕੇ ਗਏ ਵੀ ਸਮਝਣ ਦਾ ਯਤਨ ਕਰਦੇ ਆ। ਸਭ ਤੋਂ ਪਹਿਲਾਂ ਮੈਂ ਪਾਵਰ ਟਸਲ ਤੇ ਆਉਣਾ ਚਾਹੁੰਦਾ, ਲੇਕਿਨ ਉਸ ਤੋਂ ਵੀ ਅਹਿਮ ਖਬਰ ਇੰਦਰਪ੍ਰੀਤ ਜੀ ਜੇ ਸਮਝਾ ਸਕੋ। ਇੱਕ ਖਬਰ ਪ੍ਰਕਾਸ਼ਿਤ ਹੁੰਦੀ ਹੈ ਕਿ ਅਕਾਲੀ ਔਰ ਬੀਜੇਪੀ ਦੇ ਵਿੱਚ ਸਿਖਰਲੇ ਆਗੂਆਂ ਦੇ ਵਿੱਚ ਗੱਲ ਤੁਰੀ ਆ, ਗੱਲ ਚੰਦਰ ਬਾਬੂ ਨਾਇਡੂ ਦੇ ਰਾਤ ਦੇ ਹਨੇਰਿਆਂ ਚ ਬੀਜੇਪੀ ਲੀਡਰਸ਼ਿਪ ਨੂੰ ਮਿਲਣ ਦੀ ਵੀ ਚੱਲੀ ਆ। ਜਯੰਤ ਚੌਧਰੀ ਦਾ ਇੰਡੀਆ ਗੱਠਜੋੜ ਤੋਂ ਉਰੇ ਇਹਨਾਂ ਨਾਲ ਘੱਟ ਸੀਟਾਂ ਤੇ ਸਮਝੌਤੇ ਦਾ ਰੌਲਾ ਕੱਲ ਵੀ ਪਿਆ ਸੀਗਾ, ਲੇਕਿਨ ਅਕਾਲੀਆਂ ਦਾ ਬੀਜੇਪੀ ਦੇ ਨਾਲ ਨੇੜਤਾ ਦੇ ਨਜ਼ਰੀਏ ਤੋਂ ਕਿੱਥੇ ਕੁ ਗੱਲ ਖੜੀ ਆ, ਗੱਲ ਸਮਝਾਇਓ ਜ਼ਰਾ। ਦੇਖੋ ਰੰਧਾਵਾ ਸਾਹਿਬ, ਬੜੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਹੈ, ਕਦੀ ਉੱਪਰ ਆ ਜਾਂਦੀ ਹੈ, ਕਦੀ ਥੱਲੇ ਬਹਿ ਜਾਂਦੀ ਹੈ, ਕਿ ਅਕਾਲੀਆਂ ਨਾਲ ਭਾਜਪਾ ਸਮਝੌਤਾ ਕਰਨਾ ਚਾਹੁੰਦੀ ਹੈ। ਅਸਲ ਦੇ ਵਿੱਚ ਕੱਲੀ ਭਾਜਪਾ ਨਾਲ ਨਹੀਂ, ਉਹ ਹੋਰ ਵੀ ਜਿਹੜੇ ਖੇਤਰੀ ਦਲ ਹੈਗੇ ਨੇ, ਚਾਹੇ ਉਹ ਰਾਸ਼ਟਰੀ ਲੋਕ ਦਲ ਹੋਵੇ, ਚਾਹੇ ਉਹ ਚੰਦਰ ਬਾਬੂ ਨਾਇਡੂ ਦੀ ਪਾਰਟੀ ਹੋਵੇ, ਇਸ ਤਰ੍ਹਾਂ ਦੇ ਜਿੰਨੇ ਵੀ ਲੋਕ ਜਿਹਨਾਂ ਦੀ ਕੋਲ ਸੀਟਾਂ ਆਉਣ ਦੀ ਸੰਭਾਵਨਾ ਹੈ, ਜਾਂ ਜਿੱਥੇ ਪਾਰਟੀ ਉੱਥੇ ਕਮਜ਼ੋਰ ਹੈ, ਉੱਥੇ ਉਹ ਦੂਸਰੀਆਂ ਖੇਤਰੀ ਪਾਰਟੀਆਂ ਨਾਲ ਮਿਲ ਕੇ ਸੀਟਾਂ ਲੈ ਕੇ ਆਏ, ਇਹਦੇ ਉੱਤੇ ਪਾਰਟੀ ਦੀ ਨਜ਼ਰ ਹੈ। ਅਸੀਂ ਇੱਕ ਗੱਲ ਚੀਜ਼ ਵਾਰ ਵਾਰ ਭੁੱਲ ਜਾਂਦੇ ਹਾਂ ਕਿ ਪਿਛਲੀਆਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ, ਉਹਦੇ 'ਚ ਜਿੱਥੋਂ ਜਿੱਥੋਂ ਵੀ ਪਾਰਟੀ ਨੂੰ ਸੀਟਾਂ ਆਈਆਂ ਨੇ, 303 ਦੇ ਕਰੀਬ ਕਰੀਬ ਪਾਰਟੀ ਨੇ ਇਕੱਲਿਆਂ ਦੇ ਦਮ 'ਤੇ ਜਿੱਤੀਆਂ ਨੇ। ਇਸ ਵਾਰ ਇਹ ਚੱਲ ਰਿਹਾ ਕਿ ਉਹ ਸੀਟਾਂ ਬਰਕਰਾਰ ਰੱਖ ਸਕਣਗੇ ਕਿ ਨਹੀਂ, ਇਹ ਵੱਡਾ ਸਵਾਲ ਹੈ। ਕੀ 303 ਸੀਟਾਂ ਉਸੇ ਤਰ੍ਹਾਂ ਹੀ ਫਿਰ ਆ ਜਾਣਗੀਆਂ? ਮੈਨੂੰ ਲੱਗਦਾ ਕਿ ਇਸ ਵਾਰ ਸਥਿਤੀ ਉਸ ਤਰ੍ਹਾਂ ਦੀ ਨਹੀਂ ਰਹਿਣੀ, ਥੋੜ੍ਹੀ ਐਂਟੀ ਇਨਕੰਬੈਂਸੀ ਵੀ ਹੋ ਜਾਂਦੀ ਹੈ। 10 ਸਾਲ ਹੋ ਚੁੱਕੇ ਹੈ ਤੇ ਉਹਨਾਂ ਹੀ ਮੈਂਬਰ ਪਾਰਲੀਮੈਂਟਾਂ ਦੇ ਨਾਲ ਐਂਟੀ ਇਨਕੰਬੈਂਸੀ ਵੀ ਹੁੰਦੀ ਹੈ, ਲੋਕ ਨਵਾਂ ਚਿਹਰੇ ਵੀ ਤਲਾਸ਼ਦੇ ਹੈ। ਜੇ ਹਰ ਸਟੇਟ 'ਚੋਂ ਉੱਥੇ ਜਿੱਥੋਂ ਜਿੱਥੋਂ ਆਈਆਂ ਨੇ ਦੋ ਦੋ ਚਾਰ ਚਾਰ ਸੀਟਾਂ ਵੀ ਘਟੀਆਂ, ਕਿਉਂਕਿ ਪਹਿਲਾਂ ਬਹੁਤ ਸਿਖਰ 'ਤੇ ਆਈਆਂ ਨੇ, ਜਿਵੇਂ 80-78 ਇਸ ਤਰ੍ਹਾਂ, ਮਤਲਬ ਸੀਟਾਂ ਨੇ 40-38, ਮਤਲਬ ਇਸ ਤਰ੍ਹਾਂ ਸਟੇਟਾਂ 'ਚੋਂ ਸੀਟਾਂ ਆਈਆਂ ਹੋਈਆਂ ਨੇ। ਤੁਸੀਂ ਦੇਖੋ ਵੀ ਜੇ ਉੱਥੇ ਹੀ ਜੇ ਇਹ ਰਿਪੀਟ ਨਾ ਕਰ ਸਕੀ ਚੀਜ਼, ਤਾਂ ਸਭ ਉਹ ਵਾਲੇ ਸਿਚੁਏਸ਼ਨ, ਯਾਨੀ ਕਿ ਇਹ ਪਾਰਟੀ ਦਾ ਬੀ ਪਲਾਨ ਹੈ, ਫਿਰ ਅਸੀਂ ਕੀ ਕਰਨਾ ਹੈ। ਤਾਂ ਫਿਰ ਪਾਰਟੀ ਨੇ ਇਹ ਸੋਚਿਆ ਹੈ ਕਿ ਜਿੱਥੇ ਖੇਤਰੀ ਦਲ ਹੈ ਅਸੀਂ ਕਮਜ਼ੋਰ ਹਾਂ, ਤੇ ਖੇਤਰੀ ਦਲ ਉੱਥੇ ਸਾਨੂੰ ਥੋੜ੍ਹਾ ਸਹਿਯੋਗ ਦੇ ਸਕਦੇ ਹੈ, ਤਾਂ ਉੱਥੇ ਅਸੀਂ ਇਹਨਾਂ ਤੋਂ ਲਈਏ। ਆਲਦੋ ਕਿ ਪੰਜਾਬ ਦੇ ਵਿੱਚ ਤਾਂ ਉਹਨਾਂ ਦਾ 2019-20 ਸਮਝੌਤਾ ਚੱਲ ਰਿਹਾ, 19 ਵਾਲੇ ਇਲੈਕਸ਼ਨ ਦੋਨਾਂ ਨੇ ਮਿਲ ਕੇ ਹੀ ਲੜੇ ਸੀ, ਅਕਾਲੀ ਦਲ ਤੇ ਬੀਜੇਪੀ ਨੇ, ਪਰ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿੰਨਾ ਵਿਦਰੋਹ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਪੰਜਾਬ ਦੇ ਕਿਸਾਨਾਂ ਵਿੱਚ ਹੈ, ਹਰਿਆਣਾ ਦੇ ਕਿਸਾਨਾਂ ਵਿੱਚ ਹੈ, ਵੈਸਟਰਨ ਯੂਪੀ ਦੇ ਕਿਸਾਨਾਂ ਵਿੱਚ ਹੈ, ਇਹ ਪਾਰਟੀ ਲਈ ਕੋਈ ਸੌਖੀ ਘੜੀ ਨਹੀਂ ਹੈ। ਇਸ ਕਰਕੇ ਮੈਂ ਇਹ ਗੱਲ ਕਰ ਰਿਹਾ ਕਿ ਇੱਥੇ ਦੋਨਾਂ ਜਗ੍ਹਾ ਤੇ, ਖਾਸ ਤੌਰ ਤੇ ਵੈਸਟਰਨ ਯੂਪੀ ਔਰ ਪੰਜਾਬ, ਇਹ ਦੋਨੋਂ ਥਾਵਾਂ ਤੇ ਪਾਰਟੀ ਇੱਕ ਵਾਰੀ ਫਿਰ ਤੋਂ ਉਸ ਰੀਜਨਲ ਪਾਰਟੀਆਂ ਨੂੰ ਆਪਣੇ ਨਾਲ ਲਗਾਉਣਾ ਚਾਹੁੰਦੀ ਹੈ ਜਿਨ੍ਹਾਂ ਦਾ ਕਿਸਾਨੀ ਦੇ ਵਿੱਚ ਕੁਛ ਨਾ ਕੁਛ ਪੈਟ ਹੈਗੀ ਹੈ। ਜੀ, ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਵੀ ਓਨੀ ਕੁ ਹੀ ਮਤਲਬ ਹਾਸ਼ੀਏ ਤੇ ਹੈ ਪਾਰਟੀ, ਉਹਨਾਂ ਨੂੰ ਕੋਈ ਫਾਇਦਾ ਮਿਲ ਨਹੀਂ ਰਿਹਾ, ਕੋਈ ਨਾ ਕੋਈ ਰੋਜ਼ ਹੀ ਜਿੰਨਾ ਕੁ ਉਹ ਇੱਕ ਕਦਮ ਅੱਗੇ ਵਧਾਉਂਦੇ ਹੈ, ਕੋਈ ਚੀਜ਼ ਇਹੋ ਜਿਹੀ ਹੋ ਜਾਂਦੀ ਹੈ ਕਿ 2 ਕਦਮ ਪਿੱਛੇ ਖਿੱਚਣੇ ਪੈਂਦੇ ਆ, ਫਿਰ 1 ਕਦਮ ਅੱਗੇ ਵਧਾਉਂਦੇ ਆ, 2 ਕਦਮ ਪਿੱਛੇ, ਯਾਨੀ ਕਿ ਹਜੇ ਵੀ ਪਾਰਟੀ ਸਟਰਗਲ ਕਰ ਰਹੀ ਹੈ ਕਿ ਉਹ ਮੇਨ ਸਟ੍ਰੀਮ 'ਚ ਆ ਕੇ ਟੱਕਰ ਦੇ ਸਕੇ। ਤੇ ਪੰਜਾਬ ਦੀ ਸਿਚੁਏਸ਼ਨ ਮੈਨੂੰ ਲੱਗਦਾ ਕਿ ਬਣ ਵੀ ਇੱਦਾਂ ਦੀ ਗਈ ਹੈ ਕਿ ਇੱਥੇ ਇਸ ਵਾਰ ਕਿਹਾ ਹੀ ਨਹੀਂ ਜਾ ਸਕਦਾ ਵੀ ਕੋਈ ਇੱਕ ਪਾਰਟੀ 7-8-9 ਸੀਟਾਂ ਲੈ ਜੇ 13 'ਚੋਂ, ਇਸ ਤਰ੍ਹਾਂ ਦੀ ਸੰਭਾਵਨਾ
ਬਹੁਤ ਘੱਟ ਗਈ ਹੈ। ਜਦੋਂ ਮਲਟੀ ਕਾਰਨਰ ਇਲੈਕਸ਼ਨਸ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਥਿਤੀ ਨਹੀਂ ਆ ਰਹੀ ਹੁਣ ਕੀ ਫਿਰ ਦੋ ਜਣੇ ਮਿਲ ਕੇ ਉਸ ਸਥਿਤੀ ਨੂੰ ਪਾਰ ਕਰ ਸਕਦੇ ਆ। ਇਸ ਦੇ ਉੱਤੇ ਇੱਕ ਗੱਲ ਹੈਗੀ ਹੈ ਵੀ ਜੇ ਮਲਟੀ ਕਾਰਨਰ ਹੈ ਤਾਂ ਕਿਤੇ ਦੋ ਪਾਰਟੀਆਂ ਇਕੱਠੀਆਂ ਹੋ ਜਾਣ, ਬਾਕੀ ਓਪੋਜੀਸ਼ਨ ਚ ਦੋ ਅਲੱਗ ਅਲੱਗ ਲੜਨ, ਤਾਂ ਕੀ ਇਹਦਾ ਫਾਇਦਾ ਹੋ ਸਕਦਾ ਕਿ ਨਹੀਂ? ਇਸ ਗੱਲ ਦੀ ਸੰਭਾਵਨਾ ਤਲਾਸ਼ੀ ਜਾ ਰਹੀ ਹੈ, ਜਿਹਦੇ ਕਰਕੇ ਅਕਾਲੀ ਦਲ ਨਾਲ ਗੱਲਬਾਤ ਚੱਲ ਰਹੀ ਹੈ। ਪਰ ਉੱਥੇ ਕਿਉਂਕਿ ਬਸਪਾ ਵੀ ਵਿੱਚ ਹੈ, ਇਸ ਕਰਕੇ ਬਸਪਾ ਨਾਲ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਬਹੁਜਨ ਸਮਾਜ ਪਾਰਟੀ ਨਾਲ ਫਿਰ ਤੋਂ ਇੱਕ ਵਾਰ ਗਠਜੋੜ ਹੋ ਗਿਆ ਤੇ ਉਹਨਾਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੈ ਉਹ ਹੋਈ ਨਹੀਂ ਹੈ, ਦੋ ਵਾਰੀ ਰੱਖੀ ਦੋਨੋਂ ਵਾਰ ਕੈਂਸਲ ਕਰਤੀ ਹੈ। ਹੁਣ ਇਹ ਕਦੋਂ ਹੋਏਗੀ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ, ਉਹਨਾਂ ਨੂੰ ਕਿਹੜੀਆਂ ਸੀਟਾਂ ਦੇਣੀਆਂ ਨੇ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ, ਕਿਉਂਕਿ ਉਹ ਜਲੰਧਰ ਔਰ ਹੁਸ਼ਿਆਰਪੁਰ ਤੇ ਤਾਂ ਪੱਕੀ ਉਹ ਲਗਾਈ ਬੈਠੇ ਵੀ ਇਹ ਸੀਟਾਂ ਤਾਂ ਘੱਟੋ ਘੱਟ ਦੋਨੋਂ ਸਾਨੂੰ ਦੋ। ਹੁਣ ਇਸ ਸਥਿਤੀ ਦੇ ਵਿੱਚ ਇਹਨਾਂ ਚੋਂ ਇੱਕ 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 ਜਿਹੜੀ ਸੀਟ ਹੈ ਪਹਿਲਾਂ ਅਕਾਲੀ ਦਲ ਲੜਦਾ ਰਿਹਾ ਜਲੰਧਰ ਵਾਲੀ ਔਰ ਹੁਸ਼ਿਆਰਪੁਰ ਵੀ ਬੀਜੇਪੀ ਲੜਦੀ ਰਹੀ ਹੈ, ਅਗਰ ਦੋਨਾਂ ਦਾ ਗਠਜੋੜ ਹੋ ਜਾਂਦਾ ਫਿਰ ਬਸਪਾ ਨੂੰ ਸੀਟ ਕਿੱਥੋਂ ਦੇਣੀ ਹੈ, ਇੱਕ ਇਹ ਵੱਡਾ ਸਵਾਲ ਵੀ ਖੜਾ ਹੋਏਗਾ। ਇਸੇ ਤਰ੍ਹਾਂ ਹੀ ਰਾਸ਼ਟਰੀ ਲੋਕ ਦਲ ਵਾਲੀ ਵੀ ਚੀਜ਼ ਹੈਗੀ ਹੈ, ਰਾਸ਼ਟਰੀ ਲੋਕ ਦਲ ਨੇ ਵੀ ਨੂੰ ਪਿਛਲੇ ਵਾਰੀ ਕੋਈ ਸੀਟ ਨਹੀਂ ਆਈ, ਉਹ ਲਗਾਤਾਰ ਵਧਾ ਰਹੇ ਸੀ ਵੀ ਅਸੀਂ ਸਪਾ ਨਾਲ ਕਰ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਕਰ ਲਈਏ ਤੇ ਉੱਥੇ ਉਹਨਾਂ ਨੂੰ 6-7 ਸੀਟਾਂ ਵੀ ਉਹ ਦੇ ਰਹੇ ਸੀਗੇ, ਪਰ ਹੁਣ ਉਹ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਜਿਹੜਾ ਰਾਮ ਮੰਦਿਰ ਕਰਕੇ ਇੱਕ ਮਾਹੌਲ ਕ੍ਰੀਏਟ ਹੋ ਗਿਆ ਉਹਦੇ ਨਾਲ ਇਹ ਨਾ ਹੋਵੇ ਵੀ ਸਾਨੂੰ ਇੱਥੋਂ ਕੁਛ ਨਾ ਮਿਲੇ, ਜਿਹੜੀ ਮੁਸਲਿਮਸ ਵੋਟ ਹੈਗੀ ਹੈ ਉਹ ਵੀ ਸਾਡੇ ਸਾਨੂੰ ਨਾ ਆਏ, ਵੀ ਉਹ ਅਲੱਗ ਤੇ ਹੋ ਜਾਏ, ਇਹ ਥੋੜੀ ਜਿਹੀ ਦਿੱਕਤਾਂ ਉੱਥੇ ਵਧੀਆਂ ਨੇ। ਇਸ ਕਰਕੇ ਉਹ ਪਿੰਗਾਂ ਜਿਹੜੀਆਂ ਨੇ ਹੁਣ ਉਹਨਾਂ ਨੇ ਆਪਣੀਆਂ ਵਧਾਣੀਆਂ ਸ਼ੁਰੂ ਕਰਤੀਆਂ ਬੀਜੇਪੀ ਨਾਲ, ਔਰ ਆਲਮੋਸਟ ਆਲਮੋਸਟ ਉਹਨਾਂ ਦੀ ਹੋ ਚੁੱਕੀ ਹੈ ਗੱਲ ਪੱਕੀ, ਤਿੰਨ ਸੀਟਾਂ ਉਹਨਾਂ ਨੇ ਮੰਗੀਆਂ, ਚਾਰ ਹੋਈਆਂ ਨੇ, ਤਿੰਨ ਸੀਟਾਂ ਦੇ ਉੱਤੇ ਉਹਨਾਂ ਨੂੰ ਹਾਂ ਹੋ ਗਈ ਹੈ ਤੇ ਚੌਥੀ ਬਾਰੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਇੱਕ ਰਾਜ ਸਭਾ ਚੋਂ ਦੇ ਦਾਂਗੇ, ਇੱਥੇ ਤੁਸੀਂ ਤਿੰਨ ਨਾਲ ਹੀ ਕੰਮ ਸਾਰ ਲਓ। ਤਾਂ ਜਿੱਥੇ ਬੀਜੇਪੀ ਯਾਨੀ ਕਿ ਇਹ ਜਿੱਥੇ ਜਾਟ ਬਹੁਲ ਇਲਾਕੇ ਨੇ ਜਿਹੜੀ ਬਾਗਪਤ ਹੈ, ਸਹਾਰਨਪੁਰ ਹੈ, ਮਥੁਰਾ ਹੈ, ਇਹ ਜਿੱਥੇ ਜਿੱਥੇ ਵੀ ਕਮਜ਼ੋਰ ਹੈ, ਮਤਲਬ ਜਿੱਥੇ ਜਿਹਨੂੰ ਕਹਿੰਦੇ ਆ ਵੀ ਜਾਟ ਬਹੁਲ ਸੀਟਾਂ ਨੇ, ਉੱਥੇ ਪਾਰਟੀ ਚਾਹੁੰਦੀ ਹੈ ਕਿ ਇਹ ਸੀਟਾਂ ਜਿਹੜੀਆਂ ਨੇ ਉਹ ਅਜੀਤ ਸਿੰਘ ਦੇ ਬੇਟੇ ਜਿਹੜੇ ਹੈਗੇ ਆ ਰਾਲੋਦ ਵਾਲੇ ਜੈਨ ਚੌਧਰੀ, ਉਹਨਾਂ ਨੂੰ ਦੇ ਕੇ ਇੱਥੇ ਸਾਨੂੰ ਥੋੜਾ ਜਿਹਾ ਬੈਨੀਫਿਟ ਹੋ ਜਾਏ। ਇਸੇ ਤਰ੍ਹਾਂ ਹੀ ਫਿਰ ਚੰਦਰਬਾਬੂ ਨਾਇਡੂ ਦਾ ਵੀ, ਚੰਦਰਬਾਬੂ ਨਾਇਡੂ ਬਹੁਤ ਲੰਬੇ ਸਮੇਂ ਤੋਂ NDA ਦੇ ਅਲਾਈ ਨੇ, ਪਰ ਜਦੋਂ ਦੇ ਜਗਨ ਰੈੱਡੀ ਨਾਲ ਉਹਨਾਂ ਦੀਆਂ ਬੀਜੇਪੀ ਦੀਆਂ ਪਿੰਗਾਂ ਵਧੀਆਂ ਨੇ, ਇਹਨਾਂ ਨੇ ਆਪਣੇ ਆਪ ਨੂੰ ਥੋੜਾ ਜਿਹਾ ਪਿੱਛੇ ਕਰ ਲਿਆ ਤੇ ਹੁਣ ਦੁਬਾਰਾ ਪਾਰਟੀ ਫਿਰ ਤੋਂ ਉਹਨਾਂ ਦੇ ਨਾਲ ਜਾਣ ਦੀ ਕੋਸ਼ਿਸ਼ ਦੇ ਵਿੱਚ ਹੈਗੀ ਹੈ। ਹੁਣ ਇਹ ਸਾਰੀ ਕੁਐਦ ਉਹ ਹੈ ਜਿੱਥੇ ਬੀਜੇਪੀ ਕਮਜ਼ੋਰ ਹੈ, ਤੇ ਮੈਂ ਇਹ ਵਾਰ ਵਾਰ ਗੱਲ ਕਰਦਾ ਕਿ ਬੀਜੇਪੀ ਪੋਲੀਟੀਕਲੀ ਬਹੁਤ ਮਤਲਬ ਕਿ ਸਟ੍ਰੈਟੇਜਿਸਟ ਵਾਂਗੂ ਕੰਮ ਕਰਦੀ ਹੈ ਕਿ ਕੋਈ ਵੀ ਖਾਨਾ ਖਾਲੀ ਨਹੀਂ ਰੱਖਣਾ, ਮਤਲਬ ਜਿੱਥੇ ਵੀ ਉਹਨਾਂ ਦਾ ਬਸ ਚੱਲਦਾ ਉਹਨੂੰ ਲੈਣ ਦੀ ਕੋਸ਼ਿਸ਼ ਕਰਦੇ ਆ, ਚਾਹੇ ਉਹਨਾਂ ਨੂੰ ਕਿਤੋਂ ਹੋਰ ਕੁਛ ਹੋਰ ਦੇਣਾ ਪਵੇ, ਇਹ ਸਾਰੀ ਕਵਾਇਦ ਬੀਜੇਪੀ ਕਰ ਰਹੀ ਹੈ। ਇਹਦੇ ਚ ਕੋਈ ਸ਼ੱਕ ਨਹੀਂ ਕਿ ਚੌਧਰੀ ਅਜੀਤ ਸਿੰਘ ਮਰਹੂਮ ਦੇ ਪੁੱਤਰ ਜੈਂਤ ਚੌਧਰੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਿਆ, ਨਤੀਸ਼ ਕੁਮਾਰ ਦਾ ਪਾਲਾ ਬਦਲਣ ਤੋਂ ਬਾਅਦ ਕਈਆਂ ਦੇ ਮਨ 'ਚ ਧੁੜਕੂ ਲੱਗਿਆ ਹੋਇਆ ਸੀ ਕਿ ਕਿਤੇ ਘਾਟੇ ਦਾ ਸੌਦਾ ਤਾਂ ਨਹੀਂ ਕਰ ਰਹੇ ਇੰਡੀਆ INDIA ਬਲਾਕ ਦੇ ਵਿੱਚ ਰਹਿ ਕੇ, ਕਈਆਂ ਦੇ ਅੰਦਰ ਜਿਹੜੀ ਗੱਲ ਉਹ ਹੁਣ ਬੀਜੇਪੀ ਨੇ ਘੁਸਪੈਠ ਜਾਂ ਸੰਨ ਮਾਰਨ ਵਾਲੀ ਸੇਂਧਮਾਰੀ ਜਿਹਨੂੰ ਕਹਿੰਦੀ ਹੈ ਭਾਸਕਰ ਸਾਹਿਬ ਉਹ ਕੀਤੀ ਹੋਈ ਹੈ। ਸਭ ਤੋਂ ਅਹਿਮ ਸਵਾਲ ਇਸ ਗੱਲ 'ਤੇ ਹੈ ਕਿ ਨਾਇਡੂ ਰਾਤ ਦੇ ਹਨੇਰਿਆਂ ਦੇ ਵਿੱਚ ਬੀਜੇਪੀ ਦੀ ਸਿਖਰਲੀ ਲੀਡਰਸ਼ਿਪ ਨੂੰ ਮਿਲਦੇ ਨੇ। ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਬਾਰੇ ਕਿਹਾ ਗਿਆ ਕਿ ਉਹ ਵੀ ਲੰਘੇ ਦਿਨ ਤੋਂ ਦਿੱਲੀ 'ਚ ਡੇਰੇ ਲਾ ਕੇ ਬੈਠੇ ਨੇ ਵੀ ਸਾਡਾ ਵੀ ਕੋਈ ਦੱਸੋ ਵੀ ਅਸੀਂ ਕਿੱਦਾਂ ਹੈ, ਕਿਸੇ ਜਮ੍ਹਾਂ ਘਟਾਓ ਖਾਤੇ 'ਚ ਕਿ ਨਹੀਂ। ਭਾਸਕਰ ਸਾਹਿਬ ਇੱਕ ਅਹਿਮ ਸਵਾਲ ਹੈ, ਮੰਨ ਲਓ ਜੇ ਸਟੇਟਸ ਕੋ ਰਹਿੰਦਾ ਮੁੱਦਿਆਂ ਤੇ
ਬੰਦੀ ਸਿੱਖਾਂ ਤੇ, ਸਿੱਖਾਂ ਦੇ ਅਹਿਮ ਮਾਮਲਿਆਂ ਦੇ ਉੱਤੇ ਜੇ ਸੇਮ ਸਥਿਤੀ ਰਹਿੰਦੀ ਆ, ਰਾਜੋਆਣਾ ਵਾਲਾ ਮਾਮਲਾ ਫਸਿਆ ਪਿਛਲੇ ਦੇਰ ਤੋਂ, ਤਾਂ ਫਿਰ ਬੀਜੇਪੀ ਨੂੰ ਤਾਂ ਬੈਨੀਫਿਟ ਹੈ ਕਿ ਉਹਨਾਂ ਨੂੰ ਅਕਾਲੀ ਕਾਡਰ ਭੁਗਤ ਜਾਊਗਾ, ਉਹਨਾਂ ਲਈ ਅਕਾਲੀ ਕਾਡਰ ਕੰਮ ਵੀ ਕਰੂਗਾ। ਜੇ ਜਿੰਨੀਆਂ ਕੁ ਸੀਟਾਂ ਤੇ ਉਹ ਲੜਦੇ ਆ, 3 ਜਾਂ 4 ਜਾਂ 5, ਹੁਣ ਪਤਾ ਨਹੀਂ ਇਹਨਾਂ ਦੀ ਗਿਣਤੀ ਕਿੱਥੋਂ ਤੱਕ ਜਾ ਕੇ ਮੁੱਕਦੀ। ਇੰਦਰਪ੍ਰੀਤ ਜੀ ਦੀ ਗੱਲ ਬੜੀ ਅਹਿਮ ਆ, ਪਰ ਕੀ ਅਕਾਲੀਆਂ ਨੂੰ ਆਪਣੀ ਵੋਟ ਪਲੱਸ ਪਿੰਡਾਂ ਦੇ ਵਿੱਚ ਬੀਜੇਪੀ ਦੀ ਜੋ ਹਾਲਤ ਆ ਉਹਦਾ ਕੋਈ ਲਾਭ ਹੋਊਗਾ ਕਿ ਨੁਕਸਾਨ ਹੋਊਗਾ? ਮੈਂ ਇਹ ਤੁਹਾਡੇ ਕੋਲ ਸਮਝਣਾ ਚਾਹੁੰਦਾ। ਇਹ ਸਮਝੌਤਾ ਸੱਤਾ ਨਾਲ ਜੁੜੇ ਰਹਿਣ ਲਈ ਤਾਂ ਮੰਨਿਆ ਜਾ ਸਕਦਾ, ਇਹ ਗਰਾਊਂਡ ਦੇ ਉੱਤੇ ਕਿੰਨੀ ਕੁ ਵੋਟ ਅਕਾਲੀ ਦਲ ਲਈ ਲੈਊਗਾ, ਇਹਦਾ ਸਵਾਲ ਜ਼ਰੂਰ ਬੜਾ ਵੱਡਾ। ਜੀ ਬਿਲਕੁਲ, ਇਹ ਸਵਾਲ ਬਹੁਤ ਵੱਡਾ ਹੈ। ਔਰ ਜਦ ਤੱਕ ਪੰਥਕ ਮੁੱਦਿਆਂ ਦੇ ਉੱਤੇ, ਜਿੱਥੇ ਉੱਤੇ ਅਕਾਲੀ ਦਲ ਨੇ ਇੱਕ ਵਾਰ ਖੜਨ ਦੀ ਕੋਸ਼ਿਸ਼ ਕੀਤੀ, ਰਾਜਵਾਨਾ ਦੇ ਮੁੱਦੇ ਦੇ ਉੱਤੇ ਪਹਿਲੀ ਡੇਟ 31 ਦਸੰਬਰ, ਫਿਰ ਉਸ ਤੋਂ ਬਾਅਦ 27 ਜਨਵਰੀ, ਯਾਨੀ ਡੇਟਾਂ ਵਧਾ ਰਹੇ ਨੇ। ਔਰ ਉਹ ਜਿਹੜੀ 5 ਮੈਂਬਰੀ ਕਮੇਟੀ ਆ, ਉਹਨਾਂ ਨੇ ਕਿਹਾ ਖੁੱਲ੍ਹਾ ਟਾਈਮ ਦਿਓ ਤਾਂ ਕਿ ਬੀਜੇਪੀ ਕੋਲ ਹਜੇ ਟਾਈਮ ਨਹੀਂ, ਅਸੀਂ ਉਹਨਾਂ ਮੁੱਦਿਆਂ 'ਤੇ ਗੱਲ ਕਰਾਂਗੇ। ਜਦ ਤੱਕ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਡਿਸੀਜ਼ਨ ਬੀਜੇਪੀ, ਖਾਸ ਕਰਕੇ ਪੰਥਕ ਮੁੱਦਿਆਂ ਦੇ ਉੱਤੇ ਡਿਸੀਜ਼ਨ ਨਹੀਂ ਲੈਂਦੀ, ਇਸ ਅਲਾਇੰਸ ਦਾ ਅਕਾਲੀ ਦਲ ਨੂੰ ਬਿਲਕੁਲ ਵੀ ਕੋਈ ਫਾਇਦਾ ਨਹੀਂ ਹੋਣਾ। ਔਰ ਖਾਸ ਕਰਕੇ ਅਕਾਲੀ ਦਲ ਦੀ ਗੱਲ ਕਰੀਏ, ਅੱਜ ਕੱਲ੍ਹ ਪੰਜਾਬ ਬਚਾਓ ਯਾਤਰਾ ਦੇ ਵਿੱਚ ਹੈ। ਪਿਛਲੇ ਦਿਨਾਂ ਦੇ ਵਿੱਚ ਖਬਰ ਛਪੀ ਸੀ ਕਿ ਬੀਜੇਪੀ ਦੇ ਉੱਤੇ ਹੁਣ ਸੋਈ ਥੋੜ੍ਹੀ ਜਿਹੀ ਪਿੱਛੇ ਕਰ ਲਈ, ਯਾਨੀ ਪਹਿਲੇ ਦਿਨ ਉਹਨਾਂ ਨੇ ਬੀਜੇਪੀ ਦਾ ਨਾਂ ਤੇ ਲਿਆ ਸੀ, ਪਰ ਬੀਜੇਪੀ ਨੂੰ ਬਹੁਤਾ ਕ੍ਰਿਟੀਸਾਈਜ਼ ਨਹੀਂ ਕੀਤਾ। ਹਾਲਾਂਕਿ ਅੰਦਰੂਨੀ ਖਬਰ ਇਹ ਵੀ ਹੈ ਕਿ ਅਕਾਲੀ ਦਲ ਵੀ ਚਾਹੁੰਦਾ ਕਿ ਬੀਜੇਪੀ ਦੇ ਨਾਲ ਅਲਾਇੰਸ ਹੋ ਜਾਏ, ਪਰ ਗੱਲ ਐਵੇਂ ਕਿ ਮਾੜਾ ਮੋਟਾ ਜਿਹਾ ਸਾਡੀ ਤਰਫ ਪਿਆਰ ਤੇ ਦਿਖਾਓ। ਜੇ ਕੋਈ ਪਿਆਰ ਨਹੀਂ ਦਿਖਾ ਰਹੇ, ਬਿਨਾਂ ਪਿਆਰ ਤੋਂ ਤੁਸੀਂ ਇੱਕ ਤਰਫਾ ਪਿਆਰ ਜਿਹੜਾ ਹੁੰਦਾ ਨਾ, ਉਹ ਫਿਰ ਕਿਸੇ ਵੀ ਜਗ੍ਹਾ ਖੂਹ ਖਾਤੇ ਬਾਅਦ ਚੋਂ ਜਾਂਦਾ ਹੁੰਦਾ। ਇਸ ਕਰਕੇ ਅਕਾਲੀ ਦਲ ਜਦ ਤੱਕ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ, ਜਿਹਨਾਂ ਮੁੱਦਿਆਂ ਦੇ ਉੱਤੇ ਅਕਾਲੀ ਦਲ ਲੜਨਾ ਚਾਹੁੰਦਾ, ਉੱਥੇ ਬੀਜੇਪੀ ਕੋਈ ਸੋਫਟ ਸਟੈਂਡ ਨਹੀਂ ਲੈਂਦੀ, ਤੇ ਫਿਰ ਇਸ ਅਲਾਇੰਸ ਦਾ ਅਕਾਲੀ ਦਲ ਨੂੰ ਤੇ ਕੋਈ ਫਾਇਦਾ ਨਹੀਂ। ਜਿਹੜਾ ਹੁਣ ਵੋਟ ਹੈਗਾ ਵੀ ਹੈ ਨਾ ਅਕਾਲੀ ਦਲ ਕੋਲ, ਉਹ ਵੀ ਸ਼ਾਇਦ ਖਿਸਕ ਜਾਏ। ਇਸ ਕਰਕੇ ਇਸ ਅਲਾਇੰਸ ਤੋਂ ਪਹਿਲੇ ਕੋਈ ਨਾ ਕੋਈ ਅਨਾਊਂਸਮੈਂਟ ਕੇਂਦਰ ਸਰਕਾਰ ਵੱਲੋਂ ਜਾਂ ਬੀਜੇਪੀ ਸਰਕਾਰ ਵੱਲੋਂ ਏਦਾਂ ਦੀ ਆਉਣੀ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੇ ਪੰਥਕ ਮੁੱਦਿਆਂ ਦੇ ਉੱਤੇ ਔਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੋਈ ਪੰਜਾਬ ਪੱਖੀ ਸਟੈਂਡ ਲਿਆ। ਭਾਸਕਰ ਸਾਹਿਬ, ਸਿਆਸੀ ਟਿੱਪਣੀਕਾਰ ਨੇ ਮਾਲਵਿੰਦਰ ਸਿੰਘ ਮਾਲੀ ਤਲਖ ਵੀ ਕਿਸੇ ਵੇਲੇ ਟਿੱਪਣੀਆਂ ਕਰ ਦਿੰਦੇ ਆ। ਉਹਨਾਂ ਦੀ ਟਿੱਪਣੀ ਇੱਕ ਬੜੀ ਰੌਚਕ ਸੀ ਕੱਲ੍ਹ ਰਾਤ ਨੂੰ ਜਾਂ ਅੱਜ ਸਵੇਰ ਵੇਲੇ। ਉਹ ਕਹਿੰਦੇ ਵੀ ਜੇਕਰ ਇਹਨਾਂ ਖਬਰਾਂ ਨੂੰ ਸੱਚ ਮੰਨੀਏ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਮੌਕੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਸੁਖਬੀਰ ਸਿੰਘ ਬਾਦਲ ਕੋਲੋਂ ਇੱਕ ਸੀਟ ਜਾਂ ਇੱਕ ਕੌਂਸਲਰ ਦੀ ਵੋਟ ਆਪਣੇ ਹੱਕ 'ਚ ਭੁਗਤਾਉਣ ਦੀ ਗੱਲ ਆਖੀ ਸੀ ਫੋਨ ਕਰਕੇ, ਤਾਂ ਸੁਖਬੀਰ ਸਿੰਘ ਬਾਦਲ ਇੰਨਾ ਕੁ ਤਾਂ ਕਹਿ ਦਿੰਦੇ ਸਾਨੂੰ ਘੱਟੋ ਘੱਟ ਇੱਕ ਮੀਟਿੰਗ ਹੀ ਲੈ ਦਿਓ। ਮੈਨੂੰ ਉਹ ਟਿੱਪਣੀ ਬੜੀ ਦਿਲਚਸਪ ਲੱਗੀ ਆ ਕਿ ਜਦੋਂ ਵੀ ਤੁਸੀਂ ਸਰੈਂਡਰ ਕਰਨੇ ਹੋ, ਹਾਲਾਂਕਿ ਇਹ ਵੀ ਸਾਡੇ ਪੰਜਾਬੀਆਂ ਦੀ ਰਵਾਇਤ ਆ ਕਿ ਜੇ ਘਰ ਕੋਈ ਮਦਦ ਮੰਗਣ ਆਵੇ ਤੇ ਉਹਦੇ ਅੱਗੇ ਸ਼ਰਤਾਂ ਨਹੀਂ ਰੱਖੀਆਂ ਜਾਂਦੀਆਂ, ਜੇ ਕੋਈ ਮੰਗਣ ਹੀ ਆ ਜੇ ਉਹਦੀ ਸ਼ਰਤਾਂ ਨਹੀਂ ਰੱਖੀਆਂ ਜਾਂਦੀਆਂ। ਪਰ ਜੇ ਤੁਸੀਂ ਸਿਆਸਤ ਕਰ ਰਹੇ ਹੋ ਤਾਂ ਤੁਸੀਂ ਇੰਨਾ ਕੀ ਹਾਸੇ ਠੱਠੇ 'ਚ ਗੱਲ ਕਰ ਲੈਂਦੇ ਵੀ ਪ੍ਰਧਾਨ ਜੀ, ਪ੍ਰਧਾਨ ਪ੍ਰਧਾਨ ਨਾਲ ਗੱਲ ਕਰਦਾ ਹੋਵੇ ਵੀ ਸਾਡੀ ਵੀ ਸਿਆਸੀ ਸਥਿਤੀ ਥੋੜ੍ਹੀ ਜਿਹੀ ਸੌਖੀ ਕਰ ਦਿਓ, ਸਾਡੀ 5 ਮੈਂਬਰੀ ਕਮੇਟੀ ਨੂੰ ਸਮਾਂ ਹੀ ਦੇ ਦਿਓ ਜੀ, ਮੀਟਿੰਗ ਹੀ ਲੈ ਦਿਓ, ਇੱਕ ਟਾਈਮ ਹੀ ਲੈ ਦਿਓ ਤਾਂ ਕਿ ਦੋਨੇ ਬੰਨੇ ਵਾਈਸ ਵਰਸਾ ਹੋ ਜੇ ਤੇ ਰਾਹ ਖੁੱਲ ਜਾਣ। ਜੇ ਗੱਲਬਾਤ ਤੁਰ ਪੈਂਦੀ ਆ ਤੇ ਫਿਰ ਮੁੜ ਕੇ ਸਮਝੌਤਿਆਂ ਲਈ, ਇਹ ਤਾਂ ਕਿਹਾ ਜਾਂਦਾ ਨਾ ਕਿ ਅਸੀਂ ਗੱਲਬਾਤ ਦੇ ਵਿੱਚ ਆ। ਭਾਸਕਰ ਸਾਹਿਬ, ਦੂਜੀ ਖਬਰ ਤੁਹਾਡੇ ਹਿੱਸੇ ਦੀ, ਅਤਿਮ ਕੱਲ ਕੇਜਰੀਵਾਲ ਦਾ ਮਾਮਲਾ ਦਿੱਲੀ ਦੀ ਕੋਰਟ ਵਿੱਚ ਆਉਂਦਾ, ਈਡੀ ਦੀ ਐਪਲੀਕੇਸ਼ਨ ਦੇ ਉੱਤੇ, ਪਟੀਸ਼ਨ ਦੇ ਉੱਤੇ, ਔਰ ਉਹਦੇ ਉੱਤੇ ਨੋਟਿਸ ਹੁੰਦਾ, ਪਰ ਅੰਦਰ ਕੀ ਕੁਛ ਹੋਇਆ, ਇੱਕ ਤਾਂ ਛੋਟੀ ਜੀ ਉੱਤੇ ਤੁਹਾਡੀ ਟਿੱਪਣੀ ਚਾਹੀਦੀ ਹੈ। ਦੂਜੀ, ਸੰਜੇ ਸਿੰਘ ਨੂੰ ਜ਼ਮਾਨਤ ਦੇਣ ਤੋਂ ਨਾ ਕੀਤੀ ਗਈ ਹੈ,
ਉੱਥੇ ਵੀ ਅੰਦਰ ਕੀ ਹੋਇਆ, ਇਹਨਾਂ ਦੋਨਾਂ ਚੀਜ਼ਾਂ ਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਪੈਂਦਾ। ਦੋਨੇ ਘਾਗ ਰਾਜਨੇਤਾ ਨੇ, ਆਮ ਆਦਮੀ ਪਾਰਟੀ ਦੀ ਜਿਹੜੀ ਫੈਸਲਾ ਕੁੰਨ ਹੈ, ਔਰ ਇਹ ਦੋਵੇਂ ਵੀ ਫੈਸਲਾ ਕੁੰਨ ਆ ਸਾਡੀ ਹੋਣੀ, ਪੰਜਾਬ ਦੇ ਪ੍ਰਸ਼ਾਸਨਿਕ ਨਜ਼ਰੀਏ ਤੋਂ, ਸਿਆਸਤ ਦੇ ਨਜ਼ਰੀਏ ਤੋਂ ਇਹ ਦੋਵੇਂ ਬੰਦੇ ਅਹਿਮ ਆ। ਇਹਨਾਂ ਨਾਲ ਜੁੜੀ ਕੋਈ ਜਿਹੜੀ ਘਟਨਾਕ੍ਰਮ ਰਹਿ ਗਈ ਹੋਵੇ ਉਹਨੂੰ ਅੱਗੇ ਤੋਰੋ ਜ਼ਰਾ। ਕੇਜਰੀਵਾਲ ਉਹਨਾਂ ਦਾ ਮੁੱਦਾ ਖਾਸ ਕਰਕੇ 5 ਸੰਮਨ ਭੇਜਣ ਤੋਂ ਬਾਅਦ ਹੁਣ ਈਡੀ ਰਾਊਸ ਅਵੈਨਿਊ ਕੋਰਟ ਦੇ ਵਿੱਚ ਕੱਲ੍ਹ ਲੈ ਗਈ ਸੀ, ਔਰ ਕੱਲ ਇਸ ਗੱਲ ਦੀ ਸੁਣਵਾਈ ਤੋਂ ਬਾਅਦ ਤਕਰੀਬਨ 4:30 ਵਜੇ ਇਹ ਫੈਸਲਾ ਆਇਆ ਕਿ 17 ਫਰਵਰੀ ਨੂੰ ਕੇਜਰੀਵਾਲ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਏਗਾ। ਔਰ ਅਦਾਲਤ ਦੇ ਵਿੱਚ ਜਿਹੜੀ ਉਹਨਾਂ 5 ਸੰਮਨ ਦੇ ਵਿੱਚ ਅਕਾਲੀ ਜਿਹੜੇ ਕੇਜਰੀਵਾਲ ਉਹਨਾਂ ਦਾ ਉੱਥੇ ਨਾ ਜਾਣਾ, ਉਹਨੂੰ ਬੜਾ ਸੀਰੀਅਸਲੀ ਲਿਆ ਕੋਰਟ ਨੇ। ਉਹਨਾਂ ਨੇ ਕਿਹਾ ਕਿ ਧਾਰਾ 174 ਤੇ ਧਾਰਾ 200-204 ਔਰ IPC ਦੀ ਉਹਦੇ ਵਿੱਚ ਕੇਜਰੀਵਾਲ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਬਣਦੀ ਹੈ। ਔਰ ਅਗਰ 5 ਸੰਮਨ ਨੂੰ ਉਹ ਇਗਨੋਰ ਕਰ ਰਹੇ ਨੇ ਤੇ ਉਹਦਾ ਰੀਜ਼ਨ, ਯਾਨੀ ਹੁਣ 17 ਫਰਵਰੀ ਨੂੰ ਕੇਜਰੀਵਾਲ ਉਹਨਾਂ ਨੂੰ ਉੱਥੇ ਪੇਸ਼ ਹੋਣਾ ਪਏਗਾ, ਜਾਂ ਫਿਰ ਉਹਨਾਂ ਕੋਲ ਇਹ ਆਪਸ਼ਨ ਹੈ ਕਿ ਹਾਇਰ ਕੋਰਟ ਦੇ ਵਿੱਚ ਇਸ ਸੰਮਨ ਯਾਨੀ ਜਿਹੜਾ 17 ਤਰੀਕ ਨੂੰ ਬੁਲਾਇਆ ਉਹਦੇ ਖਿਲਾਫ਼ ਕੋਈ ਅਪੀਲ ਕਰਨ। ਪਰ ਜੇ ਉਹ ਜਿਹੜੀ ਟਿੱਪਣੀਆਂ ਉਸ ਕੋਰਟ ਦੇ ਵਿੱਚ ਕੀਤੀ ਗਈਆਂ ਉਹ ਕੇਜਰੀਵਾਲ ਸਾਹਿਬ ਵਾਸਤੇ ਕੋਈ ਸੁਖਾਵੀ ਨਹੀਂ ਹੈਗੀ। ਜੇ 17 ਤਰੀਕ ਨੂੰ ਕੇਜਰੀਵਾਲ ਸਾਹਿਬ ਕੋਰਟ ਦੇ ਸਾਹਮਣੇ ਪੇਸ਼ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਅਰੈਸਟ ਵੀ ਹੋ ਸਕਦੀ ਹੈ, ਕਿਉਂਕਿ ED ਉਹਨਾਂ ਤਮਾਮ ਗੱਲਾਂ ਦੇ ਨਾਲ ਉਸ ਕੋਰਟ ਦੇ ਵਿੱਚ ਜਾਏਗੀ ਜਿਹਦੇ ਆਧਾਰ ਤੇ ਇਹ 5 ਸੰਮਨ ਭੇਜੇ ਗਏ ਸੀ। ਔਰ ਕੇਜਰੀਵਾਲ ਉਹਨਾਂ ਦਾ ਸੇਮ ਤਰੀਕੇ ਦੀ ਚਿੱਠੀ ਬਾਰ ਬਾਰ ਅੱਗੇ ਤੋੜ ਦੇਣਾ ਕਿ ਜੀ ਮੈਨੂੰ ਬਤੌਰ ਕਨਵੀਨਰ ਬੁਲਾਇਆ, ਬਤੌਰ CCM ਬੁਲਾਇਆ, ਉਸ ਗੱਲ ਨੂੰ ਕੋਰਟ ਨੇ ਕੱਲ ਸਿਰੇ ਤੋਂ ਨਕਾਰਤਾ। ਯਾਨੀ ਉਹ ਪਲੀ ਹੁਣ ਕੇਜਰੀਵਾਲ ਉਹਨਾਂ ਦੀ ਉਹਨਾਂ ਸੰਮਨ ਦੇ ਖਿਲਾਫ਼ ਨਹੀਂ ਚੱਲ ਸਕਦੀ। ਔਰ ਇਹ ਸੰਮਨ ਤੁਹਾਨੂੰ ਯਾਦ ਹੋਏਗਾ ਜਿਸ ਤਰੀਕੇ ਨਾਲ ਸੰਮਨ ਆਏ ਸੀ ਕਿ ਪਹਿਲੇ ਸੰਮਨ November 2 ਨੂੰ, ਦੂਜਾ December 21 ਨੂੰ, ਤੀਜਾ January 3 ਨੂੰ ਤੇ ਚੌਥਾ January 18 ਨੂੰ ਤੇ ਹੁਣ February 2 ਨੂੰ। ਇਹਨਾਂ 5 ਸੰਮਨ ਦੇ ਉੱਤੇ ਸੇਮ ਤਰੀਕੇ ਦੀ ਚਿੱਠੀ ਲਿਖ ਕੇ ਕੇਜਰੀਵਾਲ ਦਾ ਬਚਾਵ ਨਹੀਂ ਹੋ ਸਕਦਾ। ਇਹ ਕੱਲ੍ਹ ਰਾਊਸ ਅਵੈਨਿਊ ਕੋਰਟ ਦੇ ਵਿੱਚ ਡਿਸਾਈਡ ਹੋ ਗਿਆ। 17 ਨੂੰ ਕੇਜਰੀਵਾਲ ਜਾਂਦੇ ਹੋ ਕਿ ਨਹੀਂ ਜਾਂਦੇ, ਇਹ ਤੇ ਗੱਲ ਦੇਖਣ ਵਾਲੀ ਹੈਗੀ ਹੈ। ਔਰ ਜਿਹੜੀ 174 ਹਾਂਜੀ ਭਾਸਕਰ ਸਾਹਿਬ, ਗੈਰ ਕਾਨੂੰਨੀ ਨੇ ਸੰਮਨ, ਬਾਰ ਬਾਰ ਇਹ ਭਾਸ਼ਾ ਵਰਤੀ ਗਈ ਕੇਜਰੀਵਾਲ ਸਾਹਿਬ ਦੀ ਚਿੱਠੀ 'ਚ ਕਿ ਇਹ ਗੈਰ ਕਾਨੂੰਨੀ ਹੈ, ਲੇਕਿਨ ਫਿਰ ਹੁਣ ਕਾਨੂੰਨੀ ਸੰਮਨ ਹੀ ਆ ਗਿਆ, ਇਸ ਵਾਰੀ ਤਾਂ ਜਾਣਾ ਪਊਗਾ ਨਾ, ਅਦਾਲਤ ਵੱਲੋਂ ਭੇਜਿਆ ਤੇ ਕਾਨੂੰਨੀ ਹੁੰਦਾ। ਖੈਰ ਹੁਣ ਤੁਸੀਂ ਗੱਲ ਕਰੇ, ਕੱਲ ਕੋਰਟ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਲੀਗਲੀ ਕੇਜਰੀਵਾਲ ਸਾਹਿਬ ਉਹਨਾਂ ਸੰਮਨ ਦੇ ਉੱਤੇ ਨਾ ਜਾਣ ਦਾ ਇੱਕ ਕ੍ਰਾਈਮ ਕਰ ਬੈਠੇ ਨੇ, ਜਿੱਦਾਂ ਧਾਰਾ 174 ਦੀ ਗੱਲ ਕੀਤੀ, ਧਾਰਾ 204 ਦੀ ਗੱਲ ਕੀਤੀ IPC ਦੀ। ਯਾਨੀ ਕੇਜਰੀਵਾਲ ਉਹਨਾਂ ਦਾ 5 ਸੰਮਨ ਨੂੰ ਇਗਨੋਰ ਕਰਨਾ ਇੱਕ ਆਪਣੇ ਤਰੀਕੇ ਨਾਲ ਕ੍ਰਾਈਮ ਸੀਗਾ, ਇਸ ਗੱਲ ਨੂੰ ਵੀ ਕੋਰਟ ਨੇ ਕੀਤੀ। ਔਰ ਉਸ ਤੋਂ ਬਾਅਦ February 17 ਦਾ ਇਹ ਸੰਮਨ ਹੋਇਆ। ਦੂਜੇ ਪਾਸੇ ਹਾਈਕੋਰਟ ਦੇ ਵਿੱਚ ਸੰਜੇ ਸਿੰਘ ਉਹਨਾਂ ਦਾ ਵੀ ਕੇਸ ਸੀਗਾ, ਬੇਲ ਦੀ ਐਪਲੀਕੇਸ਼ਨ ਲੱਗੀ ਹੋਈ ਸੀ, ਔਰ ਬੇਲ ਦੀ ਐਪਲੀਕੇਸ਼ਨ ਦੇ ਉੱਤੇ ਬੜੀ ਸਖ਼ਤ ਟਿੱਪਣੀਆਂ ਕਰਦੇ ਹੋਏ ਹਾਈਕੋਰਟ ਨੇ ਉਸ ਐਪਲੀਕੇਸ਼ਨ ਨੂੰ ਨਾ ਕੇਵਲ ਰਿਜੈਕਟ ਕੀਤਾ, ਲੱਗਦਾ ਕਿ ਆਉਣ ਵਾਲੇ ਟਾਈਮ ਵਿੱਚ ਵੀ ਸੰਜੇ ਸਿੰਘ ਉਹਨਾਂ ਦੀ ਮੁਸ਼ਕਿਲਾਂ ਹੋਰ ਵੱਧ ਸਕਦੀਆਂ। ਕਾਰਨ ਕਿ ਉਹਨਾਂ ਨੇ ਦਿਨੇਸ਼ ਅਰੋੜਾ ਦੇ ਉਸ ਬਿਆਨ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਇੱਕ ਖਾਸ ਵਿਅਕਤੀ ਨੂੰ 2 ਕਰੋੜ ਦੇਣ ਦੀ, ਔਰ ਉਹ ਵੀ ਸੰਜੇ ਸਿੰਘ ਉਹਨਾਂ ਦੇ ਘਰ ਗੱਲ ਕੀਤੀ ਗਈ ਹੈ, ਔਰ ਡੇਟ ਔਰ ਟਾਈਮ ਉਸ ਚੀਜ਼ ਦਾ ਮੈਂਸ਼ਨ ਕੀਤਾ ਗਿਆ। ਔਰ ਉਸ ਤੋਂ ਇਲਾਵਾ ਜਦ ਇਹ ਪਾਲਿਸੀ ਡਿਸੀਜ਼ਨ ਲਿੱਤਾ ਜਾ ਰਿਹਾ ਸੀ ਜਿਹਦੇ ਵਿੱਚ 6% ਤੋਂ 12% ਕਮਿਸ਼ਨ ਜਿਹੜੇ ਸ਼ਰਾਬ ਦੇ ਕਾਰੋਬਾਰੀਆਂ ਦੀ ਕੀਤੀ ਜਾ ਰਹੀ ਸੀਗੀ, ਹੋਲਸੇਲ ਕਾਰੋਬਾਰ ਦੀ ਕੀਤੀ ਜਾ ਰਹੀ ਸੀ, ਉਸ ਮੀਟਿੰਗ ਦੇ ਵਿੱਚ ਵੀ ਸੰਜੇ ਸਿੰਘ ਉਹਨਾਂ ਦੀ ਮੌਜੂਦਗੀ ਸਾਬਿਤ ਹੋ ਚੁੱਕੀ ਹੈ। ਇਸ ਮਾਮਲੇ ਦੇ ਵਿੱਚ ਸੰਜੇ ਸਿੰਘ ਉਹਨਾਂ ਨੂੰ ਕੋਈ ਨਾ ਰਾਹਤ ਦਿੱਤੇ ਹੋਏ ਕੋਰਟ ਨੇ ਇਹ ਗੱਲ ਕਹੀ ਹੈ ਕਿ ਅਗਰ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਗਵਾਹ ਨੂੰ ਇਨਫਲੂਐਂਸ ਕਰ ਸਕਦੇ ਨੇ, ਇਸ ਕਰਕੇ ਇਹਨਾਂ ਦੀ ਹਜੇ ਰਿਹਾਈ ਨਹੀਂ ਬਣਦੀ। ਔਰ ਮੈਨੂੰ ਲੱਗਦਾ ਕੇਜਰੀਵਾਲ ਉਹਨਾਂ ਨੂੰ February 17 ਨੂੰ ਬੁਲਾਉਣਾ ਔਰ ਸੰਜੇ ਸਿੰਘ ਦੀ ਜ਼ਮਾਨਤ ਨਾ ਹੋਣਾ, ਇਹਨਾਂ ਦੋਨਾਂ ਨੂੰ ਕਲੱਬ ਕਰਕੇ ਦੇਖਿਆ ਜਾਏ ਤੇ ਐਕਸਾਈਜ਼ ਪਾਲਿਸੀ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ, ਦਿੱਲੀ ਦੀ ਸਰਕਾਰ ਔਰ ਮੁੱਖ ਮੰਤਰੀ ਕੇਜਰੀਵਾਲ ਉਹਨਾਂ ਦੀ ਮੁਸ਼ਕਿਲਾਂ ਅੱਗੇ ਚੱਲ ਕੇ ਵੱਧ ਸਕਦੀ।
ਆਪਣਾ ਇੰਦਰਪ੍ਰੀਤ ਜੀ, ਹੁਣ ਤਾਂ ਐਕਸਾਈਜ਼ ਦਾ ਤੀਜੀ ਪਾਲਿਸੀ, ਤੀਜੇ ਸਾਲ ਦੀ ਪਾਲਿਸੀ ਲਿਆਉਣ ਦਾ ਵੇਲਾ ਆ ਗਿਆ। ਪਹਿਲੇ ਸਾਲ ਤੇ ਹੀ ਅਜੇ ਕੰਮ ਲਟਕਿਆ ਪਿਆ, ਅਟਕਿਆ ਪਿਆ। ਮੈਂ ਤੁਹਾਡੇ ਕੋਲ ਸਮਝਣਾ ਚਾਹੁੰਦਾ ਹੈ, ਜਿਹੜੀ ਪਾਵਰ ਕੋਰੀਡੋਰਸ ਦੇ ਵਿੱਚ ਚਰਚਾਵਾਂ ਹੁੰਦੀਆਂ ਨਾ, ਤੇ ਉਹਦੇ ਵਿੱਚ ਸਭ ਤੋਂ ਅਹਿਮ ਜਗ੍ਹਾਵਾਂ ਦਾ ਜ਼ਿਕਰ ਬੜਾ ਹੁੰਦਾ ਹੈ। ਜਦੋਂ ਕੇਜਰੀਵਾਲ, ਸੰਜੇ ਸਿੰਘ, ਮਨੀਸ਼ ਸਿਸੋਦੀਆ, ਵਿਜੇ ਨਾਇਰ, ਜਿਹੜੇ ਸਾਰੇ ਪ੍ਰਭਾਵੀ ਸੀਗੇ ਪੰਜਾਬ ਦੀ ਪੋਲਿਟਿਕਸ ਤੇ, ਦੇਰ ਸਵੇਰ ਇਹ ਆਉਂਦੇ ਸੀ, ਜਾਂਦੇ ਸੀ, ਇਹੀ ਅਸਰ ਕਰਦੇ ਸੀ ਕਿਹਨੂੰ ਬਣਾਉਣਾ ਮੰਤਰੀ, ਕਿਹਨੂੰ ਨਹੀਂ ਬਣਾਉਣਾ। ਇੱਥੇ ਵੀ ਖੇਮੇ ਸੀ ਨਾ ਆਪਣੇ ਆਪਣੇ। ਇਸ ਕਰਕੇ ਜਦੋਂ ਅਸੀਂ ਪੰਜਾਬ ਦੇ ਪਾਵਰ ਕੋਰੀਡੋਰਸ ਦਾ ਜ਼ਿਕਰ ਕਰ ਰਹੇ ਹਾਂ, ਸੱਤਿਆ ਗੋਪਾਲ, ਇੱਕ ਸਾਬਕਾ ਅਫਸਰ ਸ਼ਾਹ ਦਿੱਲੀ ਦੇ, ਜਦੋਂ ਉਹ ਰੇਰਾ ਦੀ ਚੇਅਰਮੈਨੀ ਪ੍ਰਾਪਤ ਕਰਦੇ ਤੇ ਇੱਥੇ ਤਰਥੱਲੀ ਮੱਚ ਜਾਂਦੀ ਹੈ। ਇੱਕ ਤਾਂ ਸਿਆਸੀ ਹਲਕਿਆਂ ਦੇ ਵਿੱਚ ਰੌਲਾ ਪੈਂਦਾ, ਇੱਕ ਪ੍ਰਸ਼ਾਸਨਿਕ ਹਲਕਿਆਂ 'ਚ ਰੌਲਾ ਪੈਂਦਾ ਕਿ ਲਓ ਜੀ ਬੰਦਾ ਬਿਠਾਤਾ ਉਹਨਾਂ ਆਪਣਾ, ਤੇ ਪੋਸਟ ਵੀ ਅਹਿਮ ਦਿੱਤੀ ਹੈ ਜਿਹਦੇ ਨਾਲ ਸਾਰੇ ਕੋਲੋਨਾਈਜ਼ਰ ਸਿੱਧੇ ਅਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋਣਗੇ। ਫੈਸਲਾ ਕੋਈ ਬੰਦਾ ਹੋਊਗਾ, ਦੂਜਾ ਉਹ ਵਿਅਕਤੀ ਇੱਥੇ ਦੇ ਪ੍ਰਸ਼ਾਸਨਿਕ ਫੈਸਲਿਆਂ ਤੇ ਅਸਰ ਅੰਦਾਜ਼ ਹੋਊਗਾ। ਮਤਲਬ ਵਿੰਗੇ ਢੰਗ ਨਾਲ ਸੱਤਿਆ ਗੋਪਾਲ ਨੂੰ ਇਹ ਮੰਨਿਆ ਗਿਆ ਕਿ ਉਹ ਕੇਜਰੀਵਾਲ ਸਾਹਿਬ ਦੇ ਫੈਸਲੇ ਇੰਪਲੀਮੈਂਟ ਕਰਨ ਲਈ ਇੱਥੇ ਇੱਕ ਵਿਧਾਨਕ ਅਥਾਰਿਟੀ ਬਣ ਗਿਆ। ਐਕਟ ਰਾਹੀਂ ਹੋਂਦ ਵਿੱਚ ਆਈ ਆ ਇਹ ਜਿਹੜੀ ਰੇਰਾ ਜਿਹਨੂੰ ਕਹਿੰਦੇ ਆ। ਸੋ ਇੰਦਰਪ੍ਰੀਤ ਜੀ, ਚੁੱਪ ਚਾਪ ਅਸਤੀਫਾ ਦੇ ਜਾਣਾ, ਇੱਕ ਤਾਂ ਪ੍ਰਸ਼ਾਸਨਿਕ ਪਹਿਲੂ ਆ ਕੇ ਫਾਈਲਾਂ ਨਹੀਂ ਨਿਕਲਦੀਆਂ, ਮੋਟੀ ਜੀ ਗੱਲ। ਲੇਕਿਨ ਉਦੋਂ ਜਦੋਂ ਪੂਰੀ ਦੀ ਪੂਰੀ ਲੀਡਰਸ਼ਿਪ, ਸਿਖਰਲੀ ਲੀਡਰਸ਼ਿਪ ਪੰਗਿਆਂ 'ਚ ਆ, ਤੇ ਉਦੋਂ ਸੱਤਿਆ ਗੋਪਾਲ ਦਾ ਹੌਲੀ ਜੀ ਚਲੇ ਜਾਣਾ, ਇਸ ਅਸਤੀਫੇ ਦਾ ਆਉਣਾ ਤੇ ਪ੍ਰਵਾਨ ਕੀਤਾ ਜਾਣਾ, ਪੰਜਾਬ ਤੇ ਦਿੱਲੀ ਖੇਮਿਆਂ 'ਚ ਮੌਕੇ ਦੀ ਨਜ਼ਾਕਤ ਅਨੁਸਾਰ ਪੋਲੀਟਿਕਸ ਵੀ ਹੋ ਰਹੀ ਆ। ਕੀ ਭਗਵੰਤ ਮਾਨ ਸਾਹਿਬ ਨੇ ਚੁੱਪ ਚਾਪ ਕੇ ਥੱਲੇ ਰੌਲੇ ਬੜੇ ਆ ਜੀ, ਕੋਲੋਨਾਈਜ਼ਰ ਔਖੇ ਬੜੇ ਜੀ, ਫਾਈਲਾਂ ਨਹੀਂ ਨਿਕਲਦੀਆਂ ਜੀ, ਤੇ ਫਿਰ ਇਹ ਕੰਮ ਨਹੀਂ ਹੋ ਰਿਹਾ ਜੀ, ਬੰਦਾ ਸਮਾਂ ਨਹੀਂ ਦੇ ਪਾ ਰਿਹਾ, ਏਦਾਂ ਦੀ ਗੱਲ ਨਾਲ ਕੇਜਰੀਵਾਲ ਸਾਹਿਬ ਤੋਂ ਹਾਂ ਕਰਾ ਲਈ। ਕੀ ਪ੍ਰਸ਼ਾਸਨਿਕ ਪੱਧਰ ਤੇ ਐਸੀਆਂ ਚੀਜ਼ਾਂ ਹੋਈਆਂ ਨੇ, ਕਿਉਂਕਿ ਇਹ ਮਹਿਕਮਾ ਵੀ ਚੀਫ ਸੈਕਟਰੀ ਆਪ ਦੇਖ ਰਹੇ ਨੇ ਜੇ ਮੈਂ ਗਲਤ ਨਹੀਂ, ਹਾਊਸਿੰਗ ਦਾ। ਸੋ ਚੀਜ਼ਾਂ ਟਕਰਾ ਦੀਆਂ ਵੀ ਨੇ, ਕੀ ਇਹ ਪਾਵਰ ਟਸਲ ਚੋਂ ਨਿਕਲਿਆ ਜੀ ਸਾਰਾ ਕੁਛ, ਕਿਵੇਂ ਇਹਨੂੰ ਸਮਝੀਏ? ਰੰਧਾਵਾ ਸਾਹਿਬ, ਮੈਨੂੰ ਇਹ ਲੱਗਦਾ ਕਿ ਇਹ ਪ੍ਰਸ਼ਾਸਨਿਕ ਟੂਲ ਨਾਲ ਰਾਜਨੀਤਿਕ ਗੋਲ ਕੀਤਾ ਗਿਆ, ਜਾਂ ਪ੍ਰਸ਼ਾਸਨਿਕ ਹਾਕੀ ਲੈ ਕੇ ਇੱਕ ਰਾਜਨੀਤਿਕ ਗੋਲ ਕਰਨਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੁਸੀਂ ਦੇਖੋ ਕਿ ਮਾਮਲਾ ਬਿਲਕੁਲ ਨਿਰੋਲ ਪ੍ਰਸ਼ਾਸਨਿਕ ਹੀ ਦਿਖਾਇਆ ਗਿਆ। 182 ਪ੍ਰੋਜੈਕਟ ਜਿਹੜੇ ਹੈਗੇ ਨੇ, ਉਹਨਾਂ ਦੀ ਫਾਈਲਾਂ ਲੰਬੇ ਸਮੇਂ ਤੋਂ ਅਟਕੀਆਂ ਪਈਆਂ, ਇਹ ਨਹੀਂ ਕਿ ਮਹੀਨਾ, 2 ਮਹੀਨੇ, 4 ਮਹੀਨੇ ਦੀ ਨੇ, ਬਿਲ ਲੰਬੇ ਸਮੇਂ ਤੋਂ ਅਟਕੀਆਂ ਪਈਆਂ ਨੇ। ਔਰ ਮੋਹਾਲੀ ਖਾਸ ਤੌਰ ਤੇ ਉਹਦੇ 'ਚ ਇਫੈਕਟ ਹੋ ਰਿਹਾ, ਕਿਉਂਕਿ ਪੰਜਾਬ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੁੰਦਾ ਸ਼ਹਿਰ ਮੋਹਾਲੀ ਹੈ, ਔਰ ਇਹਦੇ ਵਿੱਚ ਮਤਲਬ ਐਡੇ ਐਡੇ ਵੱਡੇ ਪ੍ਰੋਜੈਕਟ, ਔਰ ਸਾਰੇ ਜਿਹੜੇ ਪ੍ਰੋਜੈਕਟ ਨੇ ਤੁਸੀਂ ਦੇਖੋ ਸਾਰੇ ਅਰਬਾਂ ਰੁਪਏ ਦੇ ਪ੍ਰੋਜੈਕਟ ਨੇ, ਔਰ ਸਾਰੇ ਵੱਡੇ ਬਿਲਡਰਸ ਨੇ, ਤੇ ਇਸ ਕਰਕੇ ਦਬਾਓ ਤਾਂ ਮਤਲਬ ਇਹ ਹੈ ਹੀ ਹੈ। ਖਾਸ ਤੌਰ ਤੇ ਜਦੋਂ ਮਤਲਬ ਇਹ ਬਿਲਡਰਸ ਸਰਕਾਰਾਂ ਤੇ ਜਾਂ ਪੋਲੀਟੀਸ਼ੀਅਨਾਂ ਤੇ ਦਬਾਓ ਬਣਾਉਂਦੇ ਆ ਕਿ ਸਾਡਾ ਪ੍ਰੋਜੈਕਟ ਨਹੀਂ ਕਲੀਅਰ ਹੋ ਰਹੇ, ਤਾਂ ਉਹਦਾ ਦਬਾਓ ਦੇ ਵਿੱਚ ਉਹਨਾਂ ਦਾ ਆਉਣਾ ਲਾਜ਼ਮੀ ਹੁੰਦਾ ਹੀ ਹੈ। ਪਰ ਮੈਨੂੰ ਇਸ ਤੋਂ ਥੋੜ੍ਹਾ ਜਿਹਾ ਇਹ ਜ਼ਿਆਦਾ ਅੱਗੇ ਵੱਧ ਕੇ ਇਹ ਵੀ ਲੱਗਦਾ ਕਿ ਇਹ ਜਿਹੜੇ ਪਹਿਲਾਂ ਇਹ ਲੱਗਿਆ ਜਾ ਰਿਹਾ ਸੀ ਕਿ ਸਾਰੀਆਂ ਪੋਸਟਾਂ ਜਿਹੜੀਆਂ ਨੇ ਉਹ ਦਿੱਲੀ ਵਾਲੇ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ, ਮਤਲਬ ਪੰਜਾਬ ਦੇ ਲੋਕਾਂ ਨੂੰ ਸੈੱਟ ਕਰਨ ਦੀ ਬਜਾਏ ਦਿੱਲੀ ਦੇ ਲੋਕਾਂ ਨੂੰ ਸੈੱਟ ਕੀਤਾ ਜਾ ਰਿਹਾ। ਇਹ ਵੀ ਇੱਕ ਵੱਡਾ ਮਤਲਬ ਜਿਹਨੂੰ ਕਹਿ ਕਹਿੰਦੇ ਨੇ ਕਿ ਇੱਕ ਇਹੋ ਜਿਹੀ ਚੀਜ਼ ਸੀ ਜਿਹਦੇ ਨਾਲ ਪਾਰਟੀ ਦੀ ਲੋਕਲ ਲੀਡਰਸ਼ਿਪ ਬਹੁਤ ਅੰਬੈਰਸ ਹੋ ਰਹੀ ਸੀ। ਤਾਂ ਮੈਨੂੰ ਉਹ 'ਚ ਵੀ ਲੱਗਦਾ ਕਿ ਥੋੜ੍ਹਾ ਜਿਹਾ ਹੁਣ ਜਦੋਂ ਉੱਪਰਲੀ ਸਿਖਰਲੀ ਲੀਡਰਸ਼ਿਪ ਬਹੁਤ ਸੰਕਟ ਦੇ ਵਿੱਚ ਹੈ, ਉਸ ਮੌਕੇ ਤੇ ਭਗਵੰਤ ਮਾਨ ਸਾਹਿਬ ਨੇ ਆਪਣਾ ਇੱਕ ਇਹ ਰਾਜਨੀਤਿਕ ਗੋਲ ਤਾਂ ਸਾਧ ਲਿਆ। ਚਲੋ ਇੱਕ ਬੰਦਾ ਤਾਂ ਉਹਨਾਂ ਨੇ ਤੋੜਤਾ ਦਿੱਲੀ ਨੂੰ ਵਾਪਿਸ, ਹੁਣ ਅੱਗੇ ਜਿਹੜੇ ਹੈਗੇ ਨੇ ਉਹ ਹੁਣ ਇੱਥੇ ਵਾਲਾ ਕੋਈ ਬੰਦਾ ਸੈੱਟ ਕੀਤੇ ਜਾਣਾ ਹੈ। ਦੇਖੋ ਉਹਨਾਂ ਦੇ ਖਾਸ ਖਾਸ ਵੇਣੂ ਪ੍ਰਸਾਦ ਅਜੇ
ਵਿਹਲੇ ਬੈਠੇ ਆ ਉਹਨਾਂ ਨੂੰ ਵੀ ਦੇ ਸਕਦੇ ਆ। ਹੋਰ ਵੀ ਵੀਕੇ ਜੰਜੂਆ ਸਾਹਿਬ ਵੀ ਹੈਗੇ ਨੇ, ਬਹੁਤ ਸਾਰੇ ਬੰਦੇ ਹੈਗੇ ਨੇ ਜਿਹੜੇ ਹਜੇ ਮਤਲਬ ਇਹ ਪੋਸਟਾਂ ਦੇ ਉੱਤੇ ਆ ਸਕਦੇ ਨੇ, ਬਹੁਤ ਅਹਿਮ ਪੋਸਟ ਹੈ ਇਹ। ਦੂਜਾ ਇਹਦੇ 'ਚ ਇਹ ਵੀ ਹੈਗਾ, ਦੇਖੋ ਜਦੋਂ ਆਪਾਂ ਇਹ ਗੱਲ ਕਰ ਰਹੇ ਸੀ ਨਾ ਪਹਿਲਾਂ ਇਹਦੀ ਐਕਸਾਈਜ਼ ਦੀ, ਐਕਸਾਈਜ਼ ਤੋਂ ਬਾਅਦ ਹਾਊਸਿੰਗ ਇੱਕ ਇਹੋ ਜਿਹਾ ਮਤਲਬ ਮਹਿਕਮਾ ਹੁੰਦਾ ਜਿੱਥੇ ਖਜ਼ਾਨੇ ਨੂੰ ਬਹੁਤ ਇਨਕਮ ਆਉਂਦੀ ਹੈ। ਹੁਣ ਉਹ ਜੇ ਆਊਗੀ ਤਾਂ ਜੇ ਪ੍ਰੋਜੈਕਟ ਕਲੀਅਰ ਹੋਣਗੇ, ਜੋ ਪ੍ਰੋਜੈਕਟ ਹੀ ਕਲੀਅਰ ਨਹੀਂ ਹੋ ਰਹੇ ਤਾਂ ਇਨਕਮ ਕੀ ਆਉਣੀ ਹੈ। ਸੋ ਇਹਦਾ ਅਸਰ ਇੱਥੇ ਵੀ ਆ ਰਿਹਾ। ਮੈਂ ਤੁਹਾਨੂੰ ਕੱਲ੍ਹ ਵੀ ਸਥਿਤੀ ਦੱਸ ਰਿਹਾ ਸੀ, ਫਾਈਨੈਂਸ਼ੀਅਲ ਸਥਿਤੀ ਕੋਈ ਬਹੁਤੀ ਅੱਛੀ ਨਹੀਂ ਹੈਗੀ ਪੰਜਾਬ ਦੀ। ਠੀਕ ਹੈ ਹਜੇ ਤੱਕ ਕਰਜ਼ ਲੈ ਕੇ ਕੰਮ ਚੱਲੀ ਜਾ ਰਿਹਾ, ਲੇਕਿਨ ਉਹਦੀ ਵੀ ਇੱਕ ਸੀਮਾ ਹੈ, ਤੁਸੀਂ ਉਸ ਸੀਮਾ ਤੋਂ ਬਾਹਰ ਨਹੀਂ ਜਾ ਸਕਦੇ। 2024 'ਚ ਜਿਹੜਾ ਸਾਨੂੰ ਵਿੱਤੀ ਕਮਿਸ਼ਨ ਤੋਂ ਗ੍ਰਾਂਟ ਆਉਂਦੀ ਉਹ ਖਤਮ ਹੋ ਜਾਣੀ ਹੈ ਹੁਣ ਉਸ, ਔਰ ਅਗਲਾ ਹਜੇ ਆਇਆ ਨਹੀਂ, ਤਾਂ ਫਿਰ ਉਸ ਸਥਿਤੀ 'ਚ ਅਸੀਂ ਕਰਾਂਗੇ ਕੀ? ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਸੰਕਟ 'ਚ ਪਾ ਰਹੀਆਂ ਨੇ। ਇਹ ਉਹਦਾ ਹੱਲ ਉਦੋਂ ਹੀ ਹੋ ਸਕਦਾ ਜਦੋਂ ਤੁਸੀਂ ਆਪਣੇ ਪ੍ਰੋਜੈਕਟ ਨੂੰ ਕਲੀਅਰ ਕਰਦੇ ਹੋ ਤੇ ਅੱਗੇ ਚੱਲਦੇ ਹੋ। ਹੁਣ ਮੈਨੂੰ ਲੱਗਦਾ ਕਿ ਇੱਥੇ ਇੱਕ ਰਾਜਨੀਤਿਕ ਗੋਲ ਤਾਂ ਮੁੱਖ ਮੰਤਰੀ ਸਾਹਿਬ ਨੇ ਸਾਧ ਹੀ ਲਿਆ। ਪਰ ਇੰਦਰਪ੍ਰੀਤ ਜੀ, ਫੈਸਲੇ ਤੇਜ਼ੀ ਨਾਲ ਕੀਤੇ ਜਾਣੇ ਨੇ, ਫੈਸਲੇ ਤੇਜ਼ੀ ਨਾਲ ਕਰਨ ਲਈ ਤੁਸੀਂ ਨਿਯਮ ਕਾਇਦੇ ਵੀ ਕਿਤੇ ਪਾਸੇ ਤਾਂ ਨਹੀਂ ਰੱਖ ਰਹੇ? ਜਿੱਦਾਂ ਮਸ਼ਰੂਮਿੰਗ ਹੋਈ ਆ ਕਲੋਨੀਆਂ ਦੀ, ਮਲਟੀ ਸਟੋਰੀ ਬਿਲਡਿੰਗਸ ਦੀ, ਜਿੱਦਾਂ ਰਜਵਾਏ ਖਾਲੇ ਸਾਰਾ ਕੁਝ ਮਲੀਆ ਮੇਟ ਕੀਤਾ ਗਿਆ, ਅਸੀਂ ਗੁੜਗਾਓਂ 'ਚ ਦੇਖਿਆ, ਇੱਥੇ ਚੰਡੀਗੜ੍ਹ ਦੇ ਆਸ ਪਾਸ ਵੀ ਜਦੋਂ ਪਿੱਛੇ ਹੜ੍ਹ ਆਏ ਸੀਗੇ ਤੇ ਬੜੀ ਕਲੀਅਰ ਤਸਵੀਰ ਪੇਸ਼ ਹੋਈ ਸੀਗੀ ਕਿ ਕਈ ਬਿਲਡਿੰਗਸ ਪੂਰੀਆਂ ਪਾਣੀ ਨਾਲ ਭਰ ਗਈਆਂ। ਇਹਦਾ ਮਤਲਬ ਇਹ ਆ ਕਿ ਅਸੀਂ ਤੇਜ਼ੀ ਨਾਲ ਕਰਨਾ ਚਾਹੁੰਦੇ ਹਾਂ। ਜੇ ਇਹਦੇ 'ਚ ਦੋ ਪਹਿਲੂ ਆ ਕਿ ਸਤਿਆ ਗੋਪਾਲ 100 ਤੋਂ ਵੱਧ ਜਾਂ 182 ਤੁਸੀਂ ਕਹਿ ਰਹੇ ਪ੍ਰੋਜੈਕਟ ਰੁਕੇ ਆ, ਉਹ ਪ੍ਰੋਜੈਕਟ ਸੱਚਮੁੱਚ ਸਾਰੀਆਂ ਸ਼ਰਤਾਂ ਪੂਰੀਆਂ ਕਰ ਰਹੇ ਸੀ? ਸਤਿਆ ਗੋਪਾਲ ਫਾਈਲ ਤਾਂ ਨਹੀਂ ਕੱਢ ਰਹੇ ਸੀ ਕਿਉਂਕਿ ਉਹ ਬੈਠ ਨਹੀਂ ਰਹੇ ਸੀ, ਜਾਂ ਉਹਨਾਂ ਨੂੰ ਕੋਈ ਚਾਹੀਦਾ ਸੀ ਵਿੱਚੋਂ, ਜਾਂ ਕਿਉਂ? ਮਤਲਬ ਇਹ ਮੋਟੇ ਤੌਰ ਤੇ ਇਹੀ ਮੰਨਿਆ ਜਾਂਦਾ ਨਾ, ਕੋਈ ਫਾਈਲ ਤੇ ਕਿਉਂ ਬੈਠੂਗਾ, ਜਾਂ ਉਹਨੂੰ ਉਹ 'ਚੋਂ ਕੋਈ ਇੰਟਰਸਟ ਹੋਊਗਾ, ਜਾਂ ਉਹਦੇ ਵਿੱਚ ਉਹਨੂੰ ਕੋਈ ਕਮੀ ਲੱਗ ਰਹੀ ਹੋਊਗੀ, ਜਾਂ ਉਹਦੇ ਕੋਲ ਸਮੇਂ ਦੀ ਕਿੱਲਤ ਹੋਊਗੀ। ਜਿਹੜਾ ਬੰਦਾ ਰਿਟਾਇਰ ਆ, ਅਫਸਰ ਸ਼ਾਹ ਹੈ, ਜਿਹਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਬਹਿਣ ਦੀ ਆਦਤ ਹੈ, ਕਿ ਪੋਲੀਟੀਕਲ ਬੰਦੇ ਨੇ ਤਾਂ ਪਿੰਡਾਂ 'ਚ ਭੋਗ ਸ਼ਗਨ ਸਾਰਾ ਕੁਝ ਜਾਣਾ ਹੈ। ਇੱਕ ਗੈਰ ਪੋਲੀਟੀਕਲ ਬੰਦੇ ਨੂੰ ਜਿਹੜਾ ਬਿਊਰੋਕਰੇਸੀ 'ਚੋਂ ਆਉਂਦਾ, IAS ਰਿਹਾ, ਜਿਹਨੂੰ ਫਾਈਲਾਂ ਕੱਢਣ ਦੀ ਆਦਤ ਹੋਵੇ, ਉਹ ਫਾਈਲਾਂ ਕਿਉਂ ਨਹੀਂ ਕੱਢ ਰਿਹਾ ਸੀ? ਸਵਾਲ ਇਸ ਗੱਲ ਦਾ। ਔਰ ਕੀ ਫਾਈਲਾਂ ਦੇ ਵਿੱਚ ਕੁਝ ਕਮੀਆਂ ਨੇ ਤੇ ਕਮੀਆਂ ਸਮੇਤ ਕਢਾਉਣਾ ਚਾਹ ਰਹੇ ਸੀ? ਤੇ ਕੀ ਪੰਜਾਬ ਦੇ ਵਿੱਚ ਜਿਹੜੀ ਮਸ਼ਰੂਮਿੰਗ ਹੋ ਰਹੀ ਹੈ, ਜਿੱਦਾਂ ਕੱਲ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੈਰ ਕਾਨੂੰਨੀ ਕਲੋਨੀਆਂ ਤੇ ਸਖਤ ਕਾਨੂੰਨ ਲਿਆਵਾਂਗੇ, ਲਿਆਉਣਾ ਕਿਸ ਦਿਨ? ਲੈ ਆਓ, ਤੁਹਾਨੂੰ ਕੋਈ ਰੋਕਦਾ? ਲਾਗੇ ਤੁਹਾਡੇ ਘੈਂਟ ਅਫਸਰ ਬੈਠੇ, 3 ਹਜ਼ਾਰ ਜੋ ਮਰਜ਼ੀ ਕਰਾਓ, ਫੋਟੋ 'ਚ ਨਜ਼ਰ ਆ ਰਿਹਾ। ਮੇਰਾ ਬੜਾ ਸਿੱਧਾ ਸਵਾਲ ਇੰਦਰਪ੍ਰੀਤ ਜੀ ਤੁਹਾਡੇ ਵੱਲ ਹੈ, ਸਤਿਆ ਗੋਪਾਲ ਤੇ ਮੂੰਹ ਨਹੀਂ ਖੋਲਣਗੇ, ਜਾ ਚੁੱਕੇ ਨੇ, ਪਰ ਉਹ ਬੰਦਾ ਲਿਆਂਦਾ ਕਿਉਂ ਗਿਆ ਤੇ ਵਾਪਸ ਕਿਉਂ ਚਲੇ ਗਿਆ? ਤੇ ਕੀ ਸਭ ਕੁਝ ਉੱਥੇ ਕਲੋਨੀਆਂ ਦੇ ਵਿੱਚ ਸਭ ਠੀਕ ਹੀ ਹੋ ਰਿਹਾ? ਮੈਨੂੰ ਪਤਾ ਹੈ ਕਿ ਇੱਕ ਸਭ ਤੋਂ ਵੱਡਾ ਕੋਲੋਨਾਈਜ਼ਰ, ਜਿਹਦੇ ਤੇ ਪਿੱਛੇ ਰੇਡਸ ਵੀ ਹੋਈਆਂ, ਜਿਹਦੀ ਪੁੱਛ ਗਿੱਛ ਵੀ ਹੋਈ, ਜਿਹੜਾ ਸੱਤਾ 'ਚ ਬਹੁਤ ਪ੍ਰਭਾਵਸ਼ਾਲੀ ਵੀ ਹੈ, ਕੀ ਸੱਚਮੁੱਚ ਜਿਹੜੇ ਵੱਡੇ ਕੋਲੋਨਾਈਜ਼ਰ ਸੀ ਉਹ ਕੁਝ ਹੋਰ ਚਾਹੁੰਦੇ ਸੀ ਤੇ ਉਹ ਹੋ ਕੁਝ ਹੋਰ ਰਿਹਾ ਸੀ? ਸਰਕਾਰ ਇਹਦੇ 'ਚ ਪੰਗੇ 'ਚ ਵੀ ਆ ਸਕਦੀ ਕੱਲ ਨੂੰ, ਇਹ ਪਾਵਰ ਟਸਲ ਨਰੋਲ, ਜਾਂ ਸੱਚਮੁੱਚ ਹੀ ਜਿਹੜਾ ਵਿਚਲਾ ਗੋਲਮਾਲ ਹੁੰਦਾ ਉਹ ਵੀ ਸਾਧਣ ਦਾ ਯਤਨ ਹੈ? ਨਹੀਂ, ਉਹ 'ਚ ਇਹ ਦੇਖੋ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਉਹ ਵੀ ਲਾਜ਼ਮੀ ਤੌਰ ਤੇ ਹੋਏਗਾ ਹੀ ਵਿੱਚ। ਇਹ ਮੈਂ ਇਹਨੂੰ ਬਿਲਕੁਲ ਦਰਕਿਨਾਰ ਨਹੀਂ ਕਹਿੰਦਾ। ਮੈਂ ਜਦੋਂ ਇਹ ਗੱਲ ਕਰਦਾ ਹੁੰਦਾ ਕਿ ਐਕਸਾਈਜ਼ ਜਿਹੜਾ ਇੱਕ ਵੱਡਾ ਮਹਿਕਮਾ ਸੀ ਜਿੱਥੋਂ ਪੈਸੇ ਪਿਛਲੀਆਂ ਸਰਕਾਰਾਂ, ਆਪਾਂ ਗੱਲਾਂ ਕਰਦੇ ਸੀ ਕਿ ਪਿਛਲੀਆਂ ਸਰਕਾਰਾਂ ਦੇ ਤਾਂ ਮੈਕਸੀਮਮ ਬੰਦੇ ਹੀ ਮਤਲਬ ਉਸ ਵਪਾਰ ਦੇ ਵਿੱਚ ਸ਼ਾਮਿਲ ਸੀਗੇ, ਇਸ ਕਰਕੇ ਸਾਡਾ ਰੈਵਨਿਊ ਕਦੇ ਵਧਿਆ ਹੀ ਨਹੀਂ। ਇਸ ਸਰਕਾਰ ਨੇ ਘੱਟੋ ਘੱਟ ਉਹਨੂੰ ਤਾਂ ਤੋੜਿਆ ਹੀ ਸੀਗਾ, ਇਸ ਕਰਕੇ ਅਸੀਂ ਰੈਵਨਿਊ
ਜਿਹੜਾ ਹੈਗਾ 96-100 ਕਰੋੜ ਤੱਕ ਲੈਣ ਦੇ ਕਰੀਬ ਹੈਗੇ ਆ। ਮਤਲਬ 6300 ਤੋਂ 9600 ਕਰੋੜ ਦੀ ਜਿਹੜੀ ਵਾਧਾ ਹੈ ਉਹ ਕੋਈ ਜੀ ਥੋੜਾ ਵਾਧਾ ਨਹੀਂ ਹੁੰਦਾ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤਾਂ। ਤੇ ਦੂਸਰਾ ਫਿਰ ਤਾਂ ਇਹ ਉਹ 'ਚ ਜਦੋਂ ਹੁਣ ED ਨੇ ਸ਼ਿਕੰਜਾ ਕਸਿਆ ਹੋਇਆ ਹੈ ਤਾਂ ਮੈਨੂੰ ਲੱਗਦਾ ਉੱਥੇ ਤਾਂ ਕਾਫੀ ਡਰ ਹੈ ਹੀ ਹੈ। ਤੇ ਫਿਰ ਤੁਹਾਡੇ ਕੋਲੇ ਆਮਦਨੀ ਹੋਰ ਲੈ ਮਤਲਬ ਅੰਡਰ ਹੈਂਡ ਆਮਦਨੀ ਹੋਰ ਲੈਣ ਦਾ ਸਾਧਨ ਕੀ ਨੇ? ਉਹਦੇ ਤੋਂ ਫਿਰ ਇੱਕ ਇਹੀ ਰਹਿ ਗਿਆ ਹਾਊਸਿੰਗ ਤਾਂ। ਕੀ ਉੱਥੇ ਇਹ ਚੀਜ਼ਾਂ ਚੱਲ ਰਹੀਆਂ ਨੇ, ਉੱਥੋਂ ਪੈਸੇ ਮੰਗੇ ਜਾ ਰਹੇ ਨੇ, ਕੀ ਇਸ ਕਰਕੇ ਫਾਈਲਾਂ ਕਲੀਅਰ ਨਹੀਂ ਹੋ ਰਹੀਆਂ? ਇਹ ਦੇ ਵੀ ਸਵਾਲ ਇਸ ਟਾਈਮ ਸੱਤਾ ਦੇ ਗਲਿਆਰਿਆਂ ਦੇ ਵਿੱਚ ਕਾਫੀ ਮਤਲਬ ਚਰਚਾ ਦੇ ਵਿੱਚ ਹੈਗੇ ਨੇ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਮਸ਼ਰੂਮਿੰਗ ਦੀ, ਦੇਖੋ ਮੈਂ ਇੱਕ ਸ਼ਾਇਦ ਪਹਿਲਾਂ ਵੀ ਇਹਦੇ ਵਿੱਚ ਗੱਲ ਕੀਤੀ ਸੀ ਕਿ ਹਰਿਆਣੇ ਦੇ ਵਿੱਚ ਹੁੱਡਾ ਸਾਰਾ ਕੰਮ, ਤਕਰੀਬਨ ਹੁੱਡਾ ਜਿਹੜਾ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਿਟੀ ਹੈ ਉਹ ਹੀ ਕਰਦੀ ਹੈ, ਸਾਰੀਆਂ ਕਲੋਨੀਜ਼ ਉਹ ਹੀ ਮਤਲਬ ਬਣਾਉਂਦੇ। ਠੀਕ ਹੈ, ਉੱਥੇ ਵੀ CLU ਕਰਾਉਣ ਦੇ ਬਹੁਤ ਮਾਮਲੇ ਆਉਂਦੇ ਆ ਸਾਹਮਣੇ ਕਿ CLU ਕਰਾ ਲਿਆ ਤੇ ਪੈਸੇ ਬਚਾ ਲਏ, ਏਦਾਂ ਦੇ ਮਾਮਲੇ ਸਾਹਮਣੇ ਆਉਂਦੇ ਆ। ਪਰ ਉੱਥੇ ਮੈਕਸੀਮਮ ਕੰਮ ਹੁੱਡਾ ਨੇ ਆਪਣੇ ਕੰਟਰੋਲ 'ਚ ਲਿਆ ਹੋਇਆ, ਜਿੰਨੀਆਂ ਵੀ ਕਲੋਨੀਆਂ ਕੱਟੀਆਂ ਜਾ ਰਹੀਆਂ, ਪਲਾਟ ਕੱਟੇ ਜਾ ਰਹੇ, ਫਲੈਟ ਬਣ ਰਹੇ, ਉਹ ਬਣਾ ਰਹੇ ਨੇ, ਅਸੀਂ ਨਹੀਂ ਇਹ ਕੰਮ ਕਰ ਰਹੇ। ਹੁੱਡਾ ਨੇ ਤੁਸੀਂ ਦੇਖੋ, ਤੁਸੀਂ ਪੂਰੇ ਪੰਜਾਬ 'ਚ ਪੁੱਛ ਲਓ ਕਿ ਅਸੀਂ ਆਹ ਬਣਾ ਰੱਖੇ ਨੇ ਅਰਬਨ ਇੰਪਰੂਵਮੈਂਟ ਟਰੱਸਟ ਜਿਹੜੇ ਬਣੇ ਹੋਏ ਨੇ, 10 ਦਿਨ ਜੇ ਪਿਛਲੇ 15 ਸਾਲਾਂ 'ਚ ਕਿਸੇ ਇੱਕ ਨੇ ਵੀ ਕੋਈ ਕਲੋਨੀ ਕੱਟੀ ਹੋਵੇ? ਮਤਲਬ ਜਿਹੜੀਆਂ ਗਲਾਡਾ ਗਮਾਡਾ BDA JDA ਬਣਾ ਰੱਖੀਆਂ ਨੇ, ਇਹਨਾਂ ਨੇ ਕਿਹੜੀਆਂ ਕਲੋਨੀਆਂ ਕੱਟੀਆਂ ਨੇ, ਕਿੰਨੀਆਂ ਕਲੋਨੀਆਂ ਕੱਟੀਆਂ ਨੇ ਹੁਣ ਤੱਕ? ਤੁਸੀਂ ਇਹਨੂੰ ਕਰ ਲਓ, ਆਖਿਰ ਲੋਕਾਂ ਨੇ ਤਾਂ ਕਿਤੇ ਰਹਿਣਾ ਹੀ ਹੈ ਨਾ, ਤਾਂ ਫਿਰ ਉਹ ਕਿਉਂ ਨਹੀਂ ਜਾਣਗੇ ਜਿੱਥੇ ਅਨਪਲੈਨਡ ਕਲੋਨੀਆਂ ਵਸ ਰਹੀਆਂ ਨੇ? ਉੱਥੇ ਸਸਤਾ ਵੀ ਮਿਲ ਰਿਹਾ ਤੇ ਉਹਨਾਂ ਨੂੰ ਜਦੋਂ ਪੋਲੀਟੀਕਲ ਪ੍ਰੈਸ਼ਰ ਪੈਂਦਾ ਇਲੈਕਸ਼ਨਾਂ ਦਾ, ਵੋਟਾਂ ਦਾ ਇਲੈਕਸ਼ਨਾਂ ਦਾ ਉਹ ਪੈਂਦਾ, ਤਾਂ ਉਦੋਂ ਤੁਸੀਂ ਉਹਨਾਂ ਨੂੰ ਬਹੁਤ ਰਾਹਤਾਂ ਵੀ ਦੇ ਦਿੰਦੇ ਹੋ। ਜਿਵੇਂ ਹੁਣ ਕੱਲ ਹੀ ਮੁੱਖ ਮੰਤਰੀ ਸਾਹਿਬ ਪਰਸੋਂ ਦਰਸ਼ਨ ਜਿਹੜਾ ਉਹਨਾਂ ਦਾ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਕਰਕੇ ਆਏ ਹੈ, ਉਹਦੇ 'ਚ ਨਾਲ ਦੀ ਨਾਲ ਉਹਨਾਂ ਨੇ ਉੱਥੇ ਕਹਿ ਤਾ ਕਿ ਹਾਂ ਜਿੰਨੇ NOC ਆ ਉਹ ਲੋੜ ਨਹੀਂ ਹੈ ਲੈਣ ਦੀ। ਕਿਉਂ ਨਹੀਂ ਲੋੜ? ਮੈਂ ਕੱਲ ਵੀ ਇਹ ਸਵਾਲ ਉਠਾਇਆ ਸੀਗਾ ਕਿ ਕਿਉਂ ਲੋੜ ਨਹੀਂ ਹੈਗੀ, ਕਿਉਂ ਤੁਸੀਂ ਬਿਲਕੁਲ ਮਸ਼ਰੂਮਿੰਗ ਨੂੰ ਵਡਾਵਾ ਦੇਈ ਜਾਂਦੇ। ਹੁਣ ਕੱਲ ਜਿਹੜੀ ਮੀਟਿੰਗ ਹੋਈ ਹੈ ਉਸ 'ਚੋਂ ਬਿਲਕੁਲ ਉਲਟਾ ਹੈ ਕਿ ਨਹੀਂ, ਅਸੀਂ ਅਨਪਲੈਨਡ ਕਲੋਨੀਆਂ ਨਹੀਂ ਬਣਨ ਦੇਣੀਆਂ, ਅਸੀਂ ਸਖਤ ਕਾਨੂੰਨ ਲੈ ਕੇ ਆਉਣੇ। ਸਖਤ ਕਾਨੂੰਨ ਤਾਂ ਸੁਖਬੀਰ ਬਾਦਲ 2 ਵਾਰੀ ਲਿਆਏ, 1 ਵਾਰ ਕੈਪਟਨ ਸਾਹਿਬ ਵੀ ਲਿਆਏ, ਮੈਨੂੰ ਤਾਂ ਲੱਗਦਾ ਨਹੀਂ ਹਜੇ ਤੱਕ ਉਹ ਕਲੋਨੀਆਂ 'ਚ ਕਿਸੇ ਨੇ ਵੀ ਪੈਸੇ ਭਰੇ ਨੇ ਤਾਂ ਅਪਰੂਵ ਹੋ ਗਈਆਂ। ਲੋਕ ਉਸੇ ਤਰ੍ਹਾਂ ਹੀ ਮਤਲਬ ਆਪਣੀਆਂ ਮਕਾਨਾਂ ਨੂੰ ਲੈ ਕੇ ਬੈਠੇ ਨੇ, ਕੋਈ ਬੰਦਾ ਆਪਣੇ ਇਹਨਾਂ ਏਰੀਆਜ਼ 'ਚ ਕੋਈ ਬੰਦਾ ਆਪਣਾ ਮਕਾਨ ਵੇਚ ਨਹੀਂ ਸਕਦਾ, ਕੋਈ ਨਵਾਂ ਖਰੀਦ ਨਹੀਂ ਸਕਦਾ ਇਹਨਾਂ ਕਲੋਨੀ 'ਚ। ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈਗੀ ਹੈ ਇਸ ਟਾਈਮ। ਭਾਸਕਰ ਸਾਹਿਬ, ਅਗਲੇ ਮੁੱਦੇ ਤੇ ਚੱਲਦੇ ਹਾਂ, ਇੱਥੇ ਜ਼ਰੂਰ ਤੁਸੀਂ ਸੱਤਿਆ ਗੋਪਾਲ ਵਾਲੇ ਮਾਮਲੇ 'ਚ ਟਿੱਪਣੀ ਕਰਨਾ ਚਾਹੋਗੇ, ਤੁਹਾਡਾ ਰਾਈਟ ਹੈ, ਪਰ ਜਿਹੜੀ ਹਾਈ ਕੋਰਟ 'ਚ ਕੱਲ ਸੁਣਵਾਈ ਹੋਈ ਹੈ ਉਹਨੂੰ ਇਸ ਤੋਂ ਨਾਲ ਹੀ ਅੱਗੇ ਤੋਰ ਦਿਓ, ਜਿਹਦੇ ਵਿੱਚ ਹਜ਼ਾਰਾਂ ਅਣਪਛਾਤੀਆਂ ਕਹਿ ਕੇ ਲਾਸ਼ਾਂ ਸਾੜਤੀਆਂ ਗਈਆਂ, ਜਿਹਨਾਂ ਦੇ ਸੰਸਕਾਰ ਹੋਏ ਨੇ, ਔਰ ਉਹ ਲੋਕ ਜਿਹੜੇ ਅਜੇ ਤੱਕ ਵੀ ਬਿਰਧ ਹੋ ਕੇ ਉਡੀਕੀ ਜਾਂਦੇ ਨੇ, ਕਦੇ ਪੁੱਤ ਦਾ ਥੋ ਲੱਗ ਜੇ, ਪਤਾ ਲੱਗ ਜੇ, ਘਰ ਮੁੜ ਆਵੇ। ਉਹ ਸਿਆਹ ਦੌਰ ਦੀ ਜਿਹੜੀ ਇਹ RS ਬੈਂਸ ਐਡਵੋਕੇਟ ਵੱਲੋਂ ਗੱਲ ਤੋਰੀ ਗਈ ਆ ਕੱਲ ਔਰ ਨੋਟਿਸ ਹੋਏ ਆ, ਇਹਨੂੰ ਜ਼ਰੂਰ ਇੱਕ ਵਾਰੀ ਜ਼ੁਬਾਨ ਦੇ ਦਿਓ, ਇਹ ਬੜੇ ਤਕਲੀਫ ਦੁੱਖ ਦੀ ਘਟਨਾ ਘਟਨਾਵਾਂ ਨੇ ਸਾਰੀਆਂ। ਉਸ ਤੋਂ ਪਹਿਲਾਂ ਇੱਕ ਟਿੱਪਣੀ ਸੱਤਿਆ ਗੋਪਾਲ ਰੇਰਾ ਚੇਅਰਮੈਨ ਦੇ ਅਸਤੀਫੇ ਤੇ। ਰੇਰਾ ਦੇ ਚੇਅਰਮੈਨ ਚਲੇ ਗਏ ਵਾਪਸ ਅਸਤੀਫਾ ਦੇ ਕੇ, ਹੁਣੇ ਹੁਣੇ ਇੰਦਰਪ੍ਰੀਤ ਉਹਨਾਂ ਜਦ ਉਹਦੀ ਗੱਲ ਕਰ ਰਹੇ ਸੀਗੇ, ਇਹਨਾਂ ਨੇ ਕਿਹਾ ਕਿ ਜੰਜੂਆ ਸਾਹਿਬ ਵੀ ਬੈਠੇ ਨੇ ਔਰ ਵੇਨੂ ਪ੍ਰਸਾਦ ਉਹਨਾਂ ਵੀ ਬੈਠੇ ਨੇ, ਇਹਨਾਂ ਨੂੰ ਕੋਈ ਏਦਾਂ ਦੀ ਦੇ ਦਿਓ। ਮੈਨੂੰ ਲੱਗਦਾ ਇੰਦਰਪ੍ਰੀਤ ਜੀ ਤੁਸੀਂ ਉਹਨਾਂ ਦੋਨਾਂ ਦੇ ਨਾਲ ਇਹ ਅਨਿਆਏ ਕਰ ਰਹੇ ਹੋ, ਕਿਉਂਕਿ ਜਿਹੜੀ ਵੀ ਪੋਸਟ ਖਾਲੀ ਹੁੰਦੀ ਹੈ ਉਸ ਪੋਸਟ ਵੱਲ ਉਹ ਦੇਖਣਾ ਸ਼ੁਰੂ ਕਰ ਦਿੰਦੇ ਨੇ ਔਰ ਉਹ ਪੋਸਟ ਨੂੰ ਕੋਈ ਹੋਰ ਲੈ ਜਾਂਦਾ, ਪਰ ਜੰਜੂਆ ਸਾਹਿਬ ਤੇ ਇਸ ਪੋਸਟ ਵਾਸਤੇ ਬਿਲਕੁਲ ਫਿੱਟ ਹੈਗੇ ਨੇ, ਤੇ ਉਹਨਾਂ ਨੂੰ ਤੇ ਇੱਥੇ ਲਾਉਣਾ ਹੀ ਚਾਹੀਦਾ ਹੈ, ਇਹ ਸਿਫਾਰਿਸ਼ ਮੈਨੂੰ ਲੱਗਦਾ ਤੁਹਾਨੂੰ ਇਹ ਕਰਨੀ ਚਾਹੀਦੀ ਹੈ। ਪਰ ਦੂਜੇ ਪਾਸੇ ਰੇਰਾ ਦੇ ਚੀਫ ਜਿਹੜੇ ਗਏ ਨੇ ਉਹ ਉਸ ਤੋਂ ਪਹਿਲੇ ਸੱਤਿਆ ਗੋਪਾਲ ਉਹਨਾਂ ਦੇ ਉੱਤੇ ਦਿੱਲੀ ਦੇ ਵਿੱਚ ਵੀ ਐਲੀਗੇਸ਼ਨ ਲੱਗਿਆ ਸੀਗਾ,
ਉਹ ਐਲੀਗੇਸ਼ਨ ਲੱਗਿਆ ਸੀ ਬਿਜਲੀ ਕੰਪਨੀਜ਼ ਨੂੰ ਐਕਸਟਰਾ ਆਰਡੀਨਰੀ ਫੇਵਰ ਕਰਨ ਦਾ, ਔਰ ਉਸ ਐਲੀਗੇਸ਼ਨ ਦੇ ਉੱਤੇ ਗੱਲ ਅੱਗੇ ਵੀ ਵਧ ਰਹੀ ਹੈ। ਪਰ ਹੁਣ ਉਹਨਾਂ ਦਾ ਜਾਣਾ, ਵਜ੍ਹਾ ਕੀ ਹੈ ਜਾਣ ਦੀ? ਰਾਜਨੀਤਿਕ ਗੋਲ ਦੱਸ ਰਹੇ ਨੇ ਇੰਦਰਪ੍ਰੀਤ ਉਹਨਾਂ, ਪਰ ਇਹ ਰਾਜਨੀਤਿਕ ਗੋਲ ਸੈਲਫ ਗੋਲ ਤੇ ਨਹੀਂ ਹੈ, ਇਹ ਅੱਗੇ ਚੱਲ ਕੇ ਪਤਾ ਲੱਗੇਗਾ। ਪਰ ਹਾਂ, ਉਹਨਾਂ ਦਾ ਜਾਣਾ ਇੱਕ ਦਿੱਲੀ ਵਾਲਿਆਂ ਵਾਸਤੇ ਇੱਕ ਸੈਟਬੈਕ ਜ਼ਰੂਰ ਹੋ ਸਕਦਾ ਹੈ। ਹੁਣ ਗੱਲ ਕਰੀਏ ਜਿਹੜੀ ਹਾਈਕੋਰਟ ਦੇ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਮੁੱਦੇ ਦੇ ਉੱਤੇ ਕੱਲ੍ਹ ਨੋਟਿਸ ਹੋਇਆ ਸੀ ਕੇਂਦਰ ਨੂੰ ਤੇ ਪੰਜਾਬ ਸਰਕਾਰ ਨੂੰ, ਔਰ ਇੱਕ NGO ਯਾਨੀ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ PDAP, ਉਹਨਾਂ ਨੇ ਇਹ 4 ਸਾਲ ਪਹਿਲੇ ਇੱਕ ਪਟੀਸ਼ਨ ਹਾਈਕੋਰਟ ਦੇ ਵਿੱਚ ਸਬਮਿਟ ਕੀਤੀ ਸੀ। ਉਸ ਪਟੀਸ਼ਨ ਦੇ ਉੱਤੇ ਹੁਣ ਨੋਟਿਸ ਹੋਇਆ, ਇਸ ਪਟੀਸ਼ਨ ਦੇ ਹਿਸਾਬ ਨਾਲ 6,733 ਇੱਦਾਂ ਦੀ ਕਸਟੋਡੀਅਲ ਡੈਥ ਜਾਂ ਫਿਰ ਫੇਕ ਐਨਕਾਊਂਟਰ ਕਹੀਏ ਜਾਂ ਫਿਰ ਕ੍ਰਿਮੇਸ਼ਨ ਜਿਹੜੇ ਹੋਏ ਸੀਗੇ, ਸੀਕ੍ਰੈਟ ਕ੍ਰਿਮੇਸ਼ਨ ਬਿਨਾਂ ਆਈਡੈਂਟੀਫਿਕੇਸ਼ਨ, ਜਦ ਡੈਡ ਬੋਡੀ ਦੀ ਨਹੀਂ ਹੁੰਦੀ ਤੇ ਉਹਦੇ ਕ੍ਰਿਮੇਸ਼ਨ ਸੀਕ੍ਰੈਟ ਹੁੰਦੇ ਨੇ, 3 ਜ਼ਿਲ੍ਹਿਆਂ ਦੇ ਵਿੱਚੋਂ ਹੀ, ਖਾਸ ਕਰਕੇ ਅੰਮ੍ਰਿਤਸਰ, ਮਜੀਠਾ ਔਰ ਤਰਨ ਤਾਰਨ, ਉੱਥੋਂ ਹੀ ਮੇਰੇ ਖਿਆਲ ਨਾਲ 1528 ਇੱਦਾਂ ਦੀ ਡੈਡ ਬੋਡੀਜ਼ ਉਸ ਵਕਤ ਕ੍ਰਿਮੇਟ ਕੀਤੀ ਗਈ ਸੀ, ਜਿਹਨੂੰ ਆਪਾਂ ਕਹੀਏ ਕਿ ਸੀਕ੍ਰੈਟ ਕ੍ਰਿਮੇਸ਼ਨ ਸੀਗਾ। ਔਰ ਇੱਦਾਂ ਦੇ 26 ਜ਼ਿਲ੍ਹਿਆਂ ਦੇ ਵਿੱਚ ਇਹ ਤਾਦਾਦ ਹੁਣ ਤੱਕ 6,733 ਇੱਦਾਂ ਦੀ ਕਿਲਿੰਗਸ ਦੀ ਗੱਲ ਹੋਈ ਹੈ। ਔਰ ਇਹ ਦੌਰ ਕਿਹੜਾ ਹੈਗਾ, 1985 ਤੋਂ ਲੈ ਕੇ 1985 ਤੋਂ ਲੈ ਕੇ 1995 ਤੱਕ ਦਾ, ਯਾਨੀ 84 ਤੋਂ 95 ਲਾ ਲਓ ਤੁਸੀਂ। ਇਸ ਦੌਰਾਨ ਤੁਹਾਨੂੰ ਯਾਦ ਹੈ ਫੇਕ ਐਨਕਾਊਂਟਰ ਦੀ ਗੱਲ ਬੜੀ ਜ਼ਬਰਦਸਤ ਚੱਲੀ ਸੀ, ਕਈ ਮੁੰਡਿਆਂ ਨੂੰ ਘਰੋਂ ਫੜ ਕੇ ਲੈ ਕੇ ਜਾਂਦੇ ਸੀ ਔਰ ਬਾਅਦ ਚੋਂ ਉਹ ਮੁੰਡੇ ਘਰ ਨਹੀਂ ਆਉਂਦੇ ਸੀਗੇ, ਔਰ ਇਨੋਸੈਂਟ ਕਿਲਿੰਗ ਦੀ ਗੱਲ ਅੱਜ ਤੱਕ ਤੁਰਦੀ ਹੈ। ਔਰ ਕਈ ਤੇ ਪੇਰੈਂਟਸ ਹਜੇ ਤੱਕ ਆਪਣੇ ਬੱਚਿਆਂ ਨੂੰ ਲੱਭ ਰਹੇ ਨੇ ਕਿ ਜਿੰਦਾ ਨੇ ਕਿ ਮਰ ਗਏ ਨੇ, ਯਾਨੀ ਇਸ ਤਰੀਕੇ ਦੀ ਸਥਿਤੀ ਦੇ ਵਿੱਚ ਹਾਈਕੋਰਟ ਦਾ ਹੁਣ ਇਹ ਨੋਟਿਸ ਔਰ ਇੱਕ ਪ੍ਰੋ ਪੈਨਲ ਬਣਾਉਣ ਦੀ ਗੱਲ ਕੀਤੀ ਗਈ ਹੈ ਕਿ ਇਸ ਤਰੀਕੇ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਵਾਸਤੇ ਇੱਕ ਵੱਖਰਾ ਇੱਕ ਪੈਨਲ ਬਣਾਇਆ ਜਾਏ, ਚੰਗੀ ਗੱਲ ਹੈਗੀ ਹੈ। ਔਰ ਉਹਨਾਂ ਸਾਰੀ ਡੈਡ ਬੋਡੀਜ਼ ਜਾਂ ਜਿਹੜੇ ਲੋਕ ਲਾਪਤਾ ਸੀਗੇ ਉਹਦੀ ਇਨਵੈਸਟੀਗੇਸ਼ਨ ਹੋਣੀ ਬਹੁਤ ਲਾਜ਼ਮੀ ਹੈਗੀ ਹੈ, ਔਰ ਇਹ ਗੱਲ ਹੁਣ ਅੱਗੇ ਜ਼ਰੂਰ ਤੁਰੀ। ਹਾਂ, ਇਹ ਵੈਸੇ ਤਾਂ ਜਿਨ੍ਹਾਂ ਨੇ ਪ੍ਰੋਮਿਸ ਕਰਕੇ ਸਰਕਾਰਾਂ ਬਣਾਈਆਂ ਸੀ ਕਿ ਅਸੀਂ ਇਹਦੇ ਅੱਗੇ ਵਧਾਂਗੇ, ਉਹ ਤਾਂ ਕਾਫੀ ਦੇਰ ਦੇ ਪਿੱਛੇ ਚਲੇ ਗਏ ਨੇ। ਹੁਣ ਵਾਲੇ ਜਿਨ੍ਹਾਂ ਦਾ ਕੋਈ ਖਾਸ ਇਹਦੇ ਵਿੱਚ, ਕਿਉਂਕਿ ਇਹਨਾਂ ਚੋਂ ਬਹੁਤੇ ਨਵੇਂ ਨੇ, ਬਿਲਕੁਲ ਨਵੇਂ ਨੇ, ਬਹੁਤ ਛੋਟੇ ਹੋਣਗੇ। ਭਗਵੰਤ ਮਾਨ ਵੀ ਉਸ ਦੌਰ 'ਚ ਜਦੋਂ 84 ਵਾਪਰਦਾ, ਉਸ ਤੋਂ ਬਾਅਦ ਦਾ ਦੌਰ ਉਹਨਾਂ ਦੇ ਕਾਲਜ ਦੀ ਪੜ੍ਹਾਈ ਦੌਰਾਨ ਤੱਕ ਦਾ ਹੋਊਗਾ ਉਹ ਸਾਰਾ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਨਵੀਂ ਰਜੀਮ ਆ ਇਹਨੂੰ ਕੋਈ ਸੇਕ ਲੱਗਣਾ ਇਹਦੇ 'ਚ। ਸੋ ਮੈਨੂੰ ਇਹਦੇ ਵਿੱਚ ਇੱਕ ਨਿਰਪੱਖ ਜਾਂਚ ਤਾਂ ਹੋਣੀ ਚਾਹੀਦੀ ਆ, ਕੋਈ ਵੀ ਇੱਕ ਕਮਿਸ਼ਨ ਹੋਵੇ ਜਿਹਦੇ 'ਚ ਜੱਜਸ ਹੋਣ, ਔਰ ਇਹ ਕਮਿਸ਼ਨ ਕਲੈਰਿਟੀ ਨਾਲ ਜਿਹੜੇ ਵੀ ਕਿਧਰੇ ਫਾਲਟੀ ਨੇ, ਜਿਹੜੇ ਕਿਧਰੇ ਗਿਲਟੀ ਨੇ, ਉਹਨਾਂ ਨੂੰ ਸਜਾਵਾਂ ਦੇਵੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੇ ਟ੍ਰੈਂਡ ਉਹਨਾਂ ਨੂੰ ਨੱਥ ਪਵੇ। ਘੱਟੋ ਘੱਟ ਬਿਰਧ ਉਮਰ 'ਚ ਪਹੁੰਚ ਕੇ ਉਹ ਜਿਹੜੇ ਕ੍ਰਿਮੀਨਲ ਨੇ ਵਰਦੀਆਂ ਪਿੱਛੇ, ਉਹਨਾਂ ਨੂੰ ਇਹ ਤਾਂ ਉਹਨਾਂ ਤੋਂ ਅਗਲਿਆਂ ਨੂੰ ਵੀ ਅੰਦਾਜ਼ਾ ਹੋ ਜਾਏ ਕਿ ਕਦੇ ਵੀ ਜ਼ਿੰਦਗੀ 'ਚ ਕੀਤਾ ਗਲਤ ਕੰਮ ਕਿਸੇ ਪੜਾਅ 'ਤੇ ਵੀ ਭਾਰਾ ਪੈ ਸਕਦਾ। ਇੰਦਰਪ੍ਰੀਤ ਜੀ, ਇੱਕ ਛੋਟੀ ਜਿਹੀ ਟਿੱਪਣੀ ਇਹਦੇ 'ਤੇ, ਲੇਕਿਨ ਨਾਲ ਦੀ ਨਾਲ ਹੀ ਮੈਂ ਸੁਖਰਾਜ ਸਿੰਘ ਨਿਆਮੀਆਂ ਦੀ ਉਸ ਸਟੇਟਮੈਂਟ ਤੁਹਾਡੇ ਤੋਂ ਸਮਝਣਾ ਚਾਹੂੰਗਾ ਜਿੱਥੇ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਉਹਨਾਂ ਨੇ ਧਮਕਾਉਣ ਦਾ ਦੋਸ਼ ਲਾਇਆ, ਕਿਸੇ ਆਡੀਓ ਵਾਇਰਲ ਦਾ ਜ਼ਿਕਰ ਵੀ ਹੋ ਰਿਹਾ ਖਬਰ ਦੇ ਵਿੱਚ। ਸੋ ਮੈਨੂੰ ਇਹ ਵੀ ਸਮਝਾ ਦਿਓ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਆਪ ਨੂੰ ਇੱਕ ਰੱਬ ਦੇ ਦੂਤ ਵਾਂਗ ਹੀ, ਗੁਰੂ ਗੋਬਿੰਦ ਸਿੰਘ ਦੇ ਦੂਤ ਵਜੋਂ ਹੀ ਮੰਨਦੇ ਨੇ ਕਿ ਮੈਂ ਇਸ ਇਨਸਾਫ ਲਈ ਜੋ ਬਣ ਸਰਿਆ ਕੀਤਾ ਤੇ ਗਾਂ ਵੀ ਕਰਦਾ ਰਹੂੰਗਾ। ਸਥਿਤੀਆਂ ਕਿਸ ਦਿਸ਼ਾ 'ਚ ਜਾ ਰਹੀਆਂ ਨੇ? ਜਿਹੜੀ ਤਾਂ ਆਪਾਂ ਉਹਦੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੀ ਗੱਲ ਕਰ ਰਹੇ ਹਾਂ, ਉਹਦੇ 'ਚ ਤਾਂ ਆਪਾਂ ਪਹਿਲਾਂ ਵੀ ਮੈਂ ਕਹਿ ਚੁੱਕਿਆ ਕਿ ਕਿਹਾ ਗਿਆ ਸੀਗਾ ਬਾਦਲ ਸਰਕਾਰ ਵੱਲੋਂ ਆਉਣ ਤੋਂ ਪਹਿਲਾਂ, 1997 'ਚ ਆਉਣ ਤੋਂ ਪਹਿਲਾਂ ਜਦੋਂ ਉਹ ਮੈਨੂੰ ਪਤਾ ਰੈਲੀਆਂ ਕਰਦੇ ਹੁੰਦੇ ਸੀ, ਅਸੀਂ ਉਹ ਰੈਲੀਆਂ 'ਚ ਸ਼ਾਮਿਲ ਵੀ ਹੁੰਦੇ ਰਹੇ ਹਾਂ, ਕਿ
ਇੱਕ ਟਰੁੱਥ ਕਮਿਸ਼ਨ ਬਣਾਇਆ ਜਾਏਗਾ। ਬਹੁਤ ਲੰਬੀ ਇਹ ਚੱਲੀ, ਖਾਸ ਤੌਰ ਤੇ ਕੌਂਕੇ ਸਾਹਿਬ ਦੇ ਦੀ ਜਦੋਂ ਡੈਥ ਹੋਈ ਸੀ, ਉਸ ਤੋਂ ਬਾਅਦ ਇਹ ਗੱਲ ਨੂੰ ਜ਼ਿਆਦਾ ਉਭਾਰਿਆ ਗਿਆ ਤੇ ਕਿ ਸਾਰਾ ਪੂਰਾ ਐਨ ਸਾਫ਼ ਕਰ ਦਾਂਗੇ ਵੀ ਕਿਹਦੀ ਕੀ ਗਲਤੀ ਹੈ। ਪਰ ਜਦੋਂ ਸਰਕਾਰ ਗਈ ਆ ਬਣੀ ਤੇ ਇਹ ਸਾਰਾ ਕੁਛ ਭੁੱਲ ਗਏ, ਦੱਬਿਆ ਗਿਆ। ਉਹ ਰਿਪੋਰਟ, ਈਵਨ ਕੌਂਕੇ ਸਾਹਿਬ ਦੀ ਰਿਪੋਰਟ ਵੀ ਉਹਨਾਂ ਨੇ ਆਪਣੀ ਸਰਕਾਰ 'ਚ ਦੱਬੀ ਰੱਖੀ। ਇਹ ਬੜੀਆਂ ਚੀਜ਼ਾਂ ਹੁਣ ਜਦੋਂ ਬਾਹਰ ਨਿਕਲ ਕੇ ਆਉਂਦੀਆਂ ਨੇ, ਮੈਂ ਜਦੋਂ ਪਹਿਲਾਂ ਗੱਲ ਕਰ ਰਿਹਾ ਸੀ ਨਾ ਕਿ ਅਕਾਲੀ ਦਲ ਇੱਕ ਕਦਮ ਅੱਗੇ ਚੱਲਦਾ, ਦੋ ਪਿੱਛੇ ਖਿੱਚਣੇ ਪੈਂਦੇ ਆ, ਇਹ ਚੀਜ਼ਾਂ ਉਹਨਾਂ ਦਾ ਹੀ ਹੈ। ਉਹ ਹੈ ਕਿ ਦੇਖੋ, ਪਹਿਲਾਂ ਇਹ ਕੌਂਕੇ ਸਾਹਿਬ ਦਾ ਮਾਮਲਾ ਆ ਗਿਆ, ਹੁਣ ਹਾਈਕੋਰਟ ਨੇ ਇਹ ਵਾਲਾ ਮਾਮਲਾ ਦਿੱਤਾ ਕਿ ਇਹ ਤੁਸੀਂ ਮਤਲਬ ਜਿਹੜੀਆਂ ਇਹ ਇੰਨੇ ਬੰਦੇ ਮਰੇ ਆ ਉਹ ਕਿਸ ਕਿਹਦੇ ਉਸ 'ਚ ਮਰੇ ਆ। ਸਵਾਲ ਇਹ ਨਹੀਂ ਹੈ ਕਿ ਕਿਹਦੇ 'ਚ ਮਰੇ, ਕਿ ਜਿਨ੍ਹਾਂ ਨੇ ਮਰੇ ਉਹ ਤਾਂ ਠੀਕ ਹੈ, ਜਿਨ੍ਹਾਂ ਨੇ ਉਹ ਤਾਂ ਅਸੀਂ ਕਹਿ ਰਹੇ ਹਾਂ ਵੀ ਉਹਨਾਂ ਨੂੰ ਤਾਂ ਸੱਤਾ ਤੋਂ ਬਾਹਰ ਕਰਕੇ ਤੁਸੀਂ ਆ ਗਏ, ਤੇ ਤੁਸੀਂ ਕੀ ਕੀਤਾ ਆ ਕੇ, ਕੀ ਕਿਸੇ ਨੂੰ ਕੋਈ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ? ਮੈਂ ਇੱਕ ਵਾਰੀ ਬਹੁਤ ਪੁਰਾਣੀ ਖਬਰ ਇੱਕ ਵਾਰੀ ਇਸੇ ਤਰ੍ਹਾਂ ਹੀ ਲਿਖੀ ਸੀ ਵੀ 1984 ਦਾ ਮਾਮਲਾ ਵੀ ਪ੍ਰਕਾਸ਼ ਸਿੰਘ ਬਾਦਲ ਉਦੋਂ ਉਠਾਉਂਦੇ ਆ ਜਦੋਂ ਇਲੈਕਸ਼ਨ ਕੋਲੇ ਹੁੰਦਾ, ਚਾਹੇ ਉਹ ਨਵੇਂ ਕਾਰਡ ਬਣਾਉਣ ਦੀ ਗੱਲ ਹੋਵੇ, ਚਾਹੇ ਇਹਨਾਂ ਨੂੰ ਕੋਈ ਹੋਰ ਚੀਜ਼ ਦੇਣ ਦੀ, ਉਦੋਂ ਹੀ ਆਉਂਦਾ। ਇਹ ਵੀ ਇਸੇ ਤਰ੍ਹਾਂ ਦਾ ਹੀ ਹੁਣ ਇਸ਼ੂ ਹੈਗਾ ਕਿ ਜਦੋਂ ਜਦੋਂ ਵੀ ਅਗਰ ਇਹ ਨਹੀਂ ਹੋਏ ਨਾ ਹੱਲ, ਆਰ ਆਈ ਸਿੰਘ ਨੇ ਪਿੱਛੇ ਜੇ ਕਿਤਾਬ ਲਿਖ ਕੇ ਕਿਹਾ ਸੀਗਾ ਕਿ ਜਦੋਂ ਇਹ ਜੇ ਮਸਲੇ ਹੱਲ ਨਹੀਂ ਹੁੰਦੇ ਤਾਂ ਅਸੀਂ ਇੱਕ ਰਾਹ ਖੋਲੀ ਰੱਖਦੇ ਹਾਂ ਕਿ ਇਹਨਾਂ ਦੀ ਪੁਨਰਾਵਿੱਤੀ ਹੁੰਦੀ ਰਹੇ। ਪਰ ਜੇ ਕਿਤੇ ਇੱਥੇ ਸਖ਼ਤ ਸਜ਼ਾਵਾਂ ਮਿਲ ਗਈਆਂ ਹੁੰਦੀਆਂ, ਉਹੀ 97 'ਚ ਅਸੀਂ ਜਿਹੜਾ ਕੰਮ ਅੱਜ ਮੰਗ ਕਰ ਰਹੇ ਹਾਂ ਹਾਈਕੋਰਟ ਦੇ ਵਿੱਚ, ਜੇ ਇਹੀ 97-98 ਵਾਲੀ ਸਰਕਾਰ 'ਚ ਹੋ ਗਿਆ ਹੁੰਦਾ ਤਾਂ ਮੈਨੂੰ ਲੱਗਦਾ ਕਿ ਅੱਗੇ ਤੋਂ ਇਹ ਨਾ ਤਾਂ ਇਹ ਕਿਲਿੰਗਸ ਹੋਣੀਆਂ ਸੀਗੀਆਂ ਤੇ ਨਾ ਹੀ ਅਸੀਂ ਅੱਗੇ ਵੱਧਦੇ। ਕੋਈ ਵੀ ਹਿੰਮਤ ਹੀ ਨਹੀਂ ਕਰਦਾ, ਕੋਈ ਪੁਲਿਸ ਵਾਲਾ ਵੀ ਹਿੰਮਤ ਨਹੀਂ ਕਰਦਾ ਕਿ ਮੈਂ ਯਾਰ ਪੋਲੀਟੀਕਲ ਦਬਾਅ 'ਚ ਆ ਕੇ ਇਸ ਤਰ੍ਹਾਂ ਦੇ ਕੰਮ ਕਰਾਂ। ਦੂਜੀ ਗੱਲ ਬੇਅਦਬੀ ਕਾਂਡ ਵਾਲੀ ਵੀ ਹੈ, ਉਹ ਵੀ ਇਸੇ ਤਰ੍ਹਾਂ ਦਾ ਹੀ ਮਾਮਲਾ ਹੈਗਾ। ਉਸ 'ਚ ਵੀ ਅਸੀਂ ਇਨਸਾਫ਼ ਦੇਣ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਹੇ। ਅਸੀਂ ਹੁਣ ਖਬਰ ਛਪੀ ਹੈ ਕਿ ਇੱਕ ਆਡੀਓ ਵਾਇਰਲ ਹੋ ਰਿਹਾ, ਔਰ ਆਡੀਓ ਪੁਰਾਣਾ ਕਿਹਾ ਜਾ ਰਿਹਾ ਕਿ ਨਵਾਂ ਨਹੀਂ ਹੈ ਲੇਕਿਨ ਆਡੀਓ ਪੁਰਾਣਾ ਹੈ, ਜਿਸ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਹੈਗੇ ਹੈ ਉਹ ਜਿਹੜੇ ਇਸ 'ਚ ਬਾਇਬਲ ਕਲਾਂ 'ਚ ਜਿਨ੍ਹਾਂ ਦੀ ਡੈਥ ਹੋ ਗਈ ਸੀ, ਉਹਨਾਂ ਦੇ ਬੇਟੇ ਸੁਖਰਾਜ ਨੂੰ ਇੱਕ ਤਰ੍ਹਾਂ ਦੀ ਧਮਕੀ ਦੇ ਰਹੇ ਹੈ ਕਿ ਹੁਣ ਤਾਂ ਮੈਂ ਹੈ ਨਹੀਂ ਸੱਤਾ ਦੇ ਵਿੱਚ, ਮਤਲਬ ਸੱਤਾ ਤੋਂ ਪਾਸੇ ਹਾਂ ਤੇ ਤੂੰ ਪਰ ਸੱਤਾ ਦੇ ਨਾਲ ਨਾਲ ਜਾ ਰਿਹਾ, ਇਸ ਤਰ੍ਹਾਂ ਦੀ ਧਮਕੀ ਵੀ ਦੇ ਰਹੇ ਹੈ। ਤੇ ਉਹਦੇ 'ਚ ਫਿਰ ਉਹ ਗੱਲ ਉੱਥੇ ਫਿਰ ਡਿਲੇ ਦੀ ਹੋਈ ਹੋ ਰਹੀ ਹੈ, ਉਹ ਵੀ ਸੁਖਰਾਜ ਵੀ ਇਹੀ ਗੱਲ ਕਰ ਰਿਹਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਕੇਸ ਨੂੰ ਜਿਹੜਾ ਡਿਲੇ ਕਰ ਲਿਆ, ਇਨਸਾਫ਼ ਨਹੀਂ ਮਿਲ ਰਿਹਾ, ਇਹ ਸਭ ਤੋਂ ਜ਼ਿਆਦਾ ਤ੍ਰਾਸਦੀ ਵਾਲੀ ਗੱਲ ਹੋ ਗਈ ਹੈ। ਅਸੀਂ ਬਾਰ ਬਾਰ, ਮੈਂ ਕਿਉਂਕਿ ਹੁਣ ਇੰਨੀ ਵਾਰੀ ਇਹ ਗੱਲ ਇਸੇ ਪ੍ਰੋਗਰਾਮ 'ਚ ਘੱਟੋ ਘੱਟ ਇੰਨੀ ਵਾਰੀ ਗੱਲ ਕਰ ਚੁੱਕਿਆ ਕਿ ਅਸੀਂ ਕਦੋਂ ਇਸ ਦਿਸ਼ ਸਹੀ ਦਿਸ਼ਾ ਵੱਲ ਜਾਵਾਂਗੇ, ਕਿ ਕੋਈ ਸਾਡੀ ਮਤਲਬ ਹੈ ਹੀ ਨਹੀਂ ਸਾਡੇ ਮਨ 'ਚ ਮਾੜਾ ਮੋਟਾ ਵੀ ਕਿ ਅਸੀਂ ਯਾਰ ਵਾਕਈ ਇਨਸਾਫ਼ ਦੇਣਾ ਹੈ, ਕਿ ਅਸੀਂ ਇਹਨੂੰ ਇਹ ਸਾਰੇ ਇੱਕ ਪੋਲੀਟੀਕਲ ਟੂਲ ਵਾਂਗੂ ਵਰਤਾਂਗੇ ਵੀ ਹਾਂ ਚਲੋ ਲੋਕ ਸਭਾ ਦਾ ਇਲੈਕਸ਼ਨ ਆ ਗਿਆ, ਚਲੋ ਹੁਣ ਇਹਨੂੰ ਫਿਰ ਕੱਢ ਲਓ ਬਾਹਰ ਤੇ ਬਾਕੀ ਟਾਈਮ ਅਸੀਂ ਸਾਰੇ ਸਿਰਫ ਚੁੱਪ ਬੈਠੇ ਹਾਂ। ਮੈਨੂੰ ਲੱਗਦਾ ਕਿ ਇਹ ਵੀ ਥੋੜਾ ਜਿਹਾ ਲੋਕਾਂ ਨੂੰ ਵੀ ਸੋਚਣਾ ਪਊਗਾ ਇਹਦੇ ਉੱਤੇ ਕਿ ਯਾਰ ਉਹ ਕਿਹੜੇ ਲੋਕਾਂ ਨੂੰ ਚੁਣ ਰਹੇ ਆ। ਭਾਸਕਰ ਸਾਹਿਬ, ਆਖਰ ਦੇ ਵਿੱਚ ਚੱਲਦੇ ਆ, ਕੱਲ ਪ੍ਰਧਾਨ ਮੰਤਰੀ ਰਾਜ ਸਭਾ ਦੇ ਵਿੱਚ ਬੋਲ ਰਹੇ ਸੀਗੇ ਕਿ ਕਾਂਗਰਸ ਦੇਸ਼ ਨੂੰ ਵੰਡਣਾ ਚਾਹੁੰਦੀ, ਹੁਣ ਇਹ ਦੇਸ਼ ਨੂੰ ਵੰਡਣ ਦੀ ਰਾਜਨੀਤੀ ਤੇ ਉਤਰ ਆਈ ਆ। ਉਹਨਾਂ ਦਾ ਬੜਾ ਸਾਫ਼ ਮਤਲਬ ਸੀ ਕਰਨਾਟਕ ਦੀ ਪੂਰੀ ਸਰਕਾਰ ਦਾ ਜੰਤਰ ਮੰਤਰ ਤੇ ਬੈਠੇ ਹੋਣਾ, ਜੰਤਰ ਮੰਤਰ ਤੇ ਕਰਨਾਟਕ ਵਾਲੇ ਆ ਕੇ ਵੱਧ ਵਿੱਤੀ ਅਖਤਿਆਰਾਂ ਦੀ ਹੱਕਾਂ ਦੀ ਗੱਲ ਕਰ ਰਹੇ ਸੀਗੇ, ਇਸ ਗੱਲ ਨੂੰ ਜ਼ਰਾ ਐਡਰੈਸ ਕਰ ਦਿਓ। ਜਿਸ ਤਰੀਕੇ ਨਾਲ ਕੱਲ ਜੰਤਰ ਮੰਤਰ ਦੇ ਵਿੱਚ ਕਰਨਾਟਕਾ ਦੀ ਪੂਰੀ ਸਰਕਾਰ ਕੀ ਜਿੰਨੇ MLA ਨੇ, ਔਰ ਆਉਣ ਵਾਲੇ ਦਿਨ ਦੇ ਵਿੱਚ ਸਾਊਥ ਦੀ ਹੋਰ ਸਟੇਟਸ ਵੀ ਇਸ ਤਰੀਕੇ ਦਾ ਪ੍ਰਦਰਸ਼ਨ ਕਰ ਸਕਦੀ ਹੈ, ਇਹਦੇ ਆਗਾਜ਼ ਦੇ ਉੱਤੇ ਪ੍ਰਧਾਨ ਮੰਤਰੀ ਨੇ ਕੱਲ ਕੀਤਾ ਰਿਐਕਟ।
ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੀ ਮੰਗ ਸਾਊਥ ਦੇ ਵਿੱਚ ਕਰਨਾਟਕਾ ਜਿੱਥੇ ਕਾਂਗਰਸ ਦੀ ਸਰਕਾਰ ਹੈਗੀ ਹੈ ਉਹ ਦੇਸ਼ ਨੂੰ ਵੰਡਣ ਦੀ ਗੱਲ ਕਰ ਰਹੇ ਨੇ, ਹਮਾਰਾ ਪੈਸਾ ਹਮੇ ਦੋ, ਹਮਾਰਾ ਟੈਕਸ ਹਮੇ ਦੋ, ਜੇ ਜਿਸ ਤਰੀਕੇ ਦੇ ਨਾਅਰੇ ਲਾਏ ਗਏ ਉਹਦੇ ਵਿੱਚ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਜੇ ਆਪਾਂ ਨੌਰਥ ਈਸਟ ਦੀ ਗੱਲ ਕਰੀਏ, ਜੇ ਉਹ ਵੀ ਇਸ ਤਰ੍ਹਾਂ ਦੀ ਹਰਕਤਾਂ ਤੇ ਆ ਗਏ ਜਾਂ ਦੂਜੇ ਸੂਬੇ ਜਿਹਨਾਂ ਦੇ ਵਿੱਚੋਂ ਕੁਛ ਨੈਚੁਰਲ ਰਿਸੋਰਸਿਸ ਆਉਂਦੇ ਨੇ, ਜੇ ਉਹ ਵੀ ਦੂਜੇ ਸੂਬੇ ਨੂੰ ਨਾ ਦੇਣ ਦੀ ਗੱਲ ਕਰਨ ਤੇ ਗੱਲ ਕਿੱਥੇ ਜਾ ਕੇ ਟਿਕਦੀ ਹੈ। ਹਾਲਾਂਕਿ ਗੱਲ ਦੇ ਵਿੱਚ ਲੌਜਿਕ ਤੇ ਸੀਗਾ, ਪਰ ਜੇ ਕਰਨਾਟਕਾ ਦੇ ਨਾਲ ਕੋਈ ਵਿਤਕਰੇ ਹੋ ਰਹੇ ਨੇ ਤੇ ਉਹਨਾਂ ਦੀ ਗੱਲ ਨੂੰ ਵੀ ਐਡਰੈਸ ਕਰਨਾ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ। ਪਰ ਫਿਲਹਾਲ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਇੱਕ ਪੋਲੀਟੀਕਲ ਤਰੀਕੇ ਨਾਲ ਅੱਗੇ ਜ਼ਰੂਰ ਵੱਧ ਰਹੇ ਨੇ ਕਿ ਇਹ ਇੱਕ ਵੱਖਵਾਦੀ ਮੰਗ ਹੈਗੀ ਹੈ ਔਰ ਇਸ ਵੱਖਵਾਦੀ ਮੰਗ ਨੂੰ ਲੈ ਕੇ ਸਦਰਨ ਸਟੇਟਸ ਦੇ ਵਿੱਚ ਇਲੈਕਸ਼ਨ ਦੇ ਵਿੱਚ ਜਾਣਗੇ ਤੇ ਉਹਦੇ ਵਿੱਚ ਕਾਂਗਰਸ ਨੂੰ ਤਾਂ ਜ਼ਰੂਰ ਫਾਇਦਾ ਹੋਏਗਾ, ਕਾਰਨ ਕਿ ਸਾਊਥ ਵਰਸਿਸ ਨੌਰਥ ਜਦ ਅਸੀਂ ਲੜਾਈ ਨੂੰ ਮਨਾਉਂਦੇ ਹੋ ਤੇ ਬੀਜੇਪੀ ਵਾਸਤੇ ਤੇ ਆਲਰੇਡੀ ਇਹ ਲੜਾਈ ਹੈਗੀ ਹੈ। ਸਾਊਥ ਦੇ ਵਿੱਚ ਬੀਜੇਪੀ ਦੇ ਕੋਲ ਬਹੁਤਾ ਕੋਈ ਸੀਟਾਂ ਸੂਟਾਂ ਨਹੀਂ ਹੈਗੀ, ਲੇਕਿਨ ਨੌਰਥ ਦੇ ਵਿੱਚ ਹੈਗੀਆਂ ਤੇ ਇਸ ਤੋਂ ਬੀਜੇਪੀ ਵੀ ਕੁਛ ਲੈਣਾ ਚਾਹੇਗੀ ਔਰ ਜਿਹੜੀ ਕਾਂਗਰਸ ਹੈਗੀ ਹੈ ਉਹ ਵੀ ਇਸ ਮੁੱਦੇ ਤੇ ਅੱਗੇ ਕਿੱਦਾਂ ਵਧੇਗੀ, ਇਹ ਇੱਕ ਅਜੀਬ ਜਿਹੀ ਸਥਿਤੀ ਬਣ ਗਈ ਹੈ। ਪਰ ਵੱਖਵਾਦੀ ਦਾ ਠੱਪਾ ਲਾਣਾ ਪ੍ਰਧਾਨ ਮੰਤਰੀ ਦਾ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਆਪਣੇ ਸੂਬੇ ਦੇ ਹਿੱਤਾਂ ਦੇ ਵਾਸਤੇ ਜੰਤਰ ਮੰਤਰ ਤੇ ਬੈਠੇ ਸੀਗੇ, ਇਹ ਵੀ ਇੱਕ ਵੱਖਰੀ ਤਰੀਕੇ ਨਾਲ ਇੱਕ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਸਾਹਿਬ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਦੋਂ ਉਹ ਆਪਣੇ ਸੂਬੇ ਲਈ ਕੇਂਦਰ ਤੇ ਦੋਸ਼ ਲਾਉਂਦੇ ਹੁੰਦੇ ਸੀ ਵੀ ਕੇਂਦਰ ਸੂਬਿਆਂ ਨਾਲ ਧੱਕਾ ਕਰਦਾ, ਇਹੀ ਸਾਰੇ ਲਾਉਂਦੇ ਨੇ, ਤੇ ਇਹ ਤਰਕ ਸੰਗਤ ਬਣੇ ਕਿੱਦਾਂ ਇਹਦੇ ਉੱਤੇ ਜਿਹੜਾ ਵੀ ਸੱਤਾ 'ਚ ਆ ਜਾਂਦਾ ਉਹ ਅੱਖਾਂ ਬੰਦ ਕਰ ਲੈਂਦਾ, ਕੰਨ ਬੰਦ ਕਰ ਲੈਂਦਾ, ਨਾ ਮੈਂ ਦੇਖਣਾ ਨਾ ਸੁਣਨਾ। ਪਰ ਇੰਦਰਪ੍ਰੀਤ ਜੀ ਆਖਰੀ ਗੱਲ ਅਸੀਂ ਕਿਨੂਆਂ ਦੀ ਬਾਤ ਪਾਉਂਦੇ ਰਹੇ, ਪੰਜਾਬ ਦਾ ਕਿਨੂੰ ਰੁਲਦਾ ਤੇ ਸਕੂਲਾਂ 'ਚ ਕੇਲਾ ਮਹਾਰਾਸ਼ਟਰ ਦਾ ਕਿਉਂ, ਕਿੰਨੀ ਵਾਰੀ ਉਠਾਇਆ ਪੂਰਾ ਰੌਲਾ ਪਾਇਆ, ਉਹਦੇ ਉੱਤੇ ਫੈਸਲਾ ਆਇਆ, ਦੇਰੀ ਨਾ ਆਇਆ, ਬਾਜ਼ਾਰ 'ਚ ਕਿਨੂੰ ਹੈਗੇ ਹੁਣ ਭਲਾ, ਹੁਣ ਹੋਰ ਪੰਜਾਬ ਦਾ ਕਿਹੜਾ ਮੌਸਮੀ ਫਲ ਆ ਕਿ ਮੌਸਮੀ ਫਲ ਦਿਓ। ਵੈਸੇ ਚੰਗੀ ਗੱਲ ਮੁੱਖ ਮੰਤਰੀ ਨੇ ਫੈਸਲਾ ਲਿਆ, ਕੇ ਕੇ ਯਾਦਵ ਕਮਲ ਕਿਸ਼ੋਰ ਯਾਦਵ ਜਿਹੜੇ ਕਿ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਦੇ ਨੇ ਔਰ ਅਨੁਰਾਗ ਵਰਮਾ ਚੀਫ ਸੈਕਟਰੀ ਪੰਜਾਬ ਦੇ, ਇਹ ਰਲ ਮਿਲ ਕੇ ਫੈਸਲਾ ਲੈ ਰਹੇ ਨੇ ਇਹਦੇ ਉੱਤੇ, ਦੇਰ ਨਾਲ ਆਇਆ ਦਰੁਸਤ ਕਹੀਏ ਕਿ ਨਾ ਕਹੀਏ? ਦੇਖੋ ਦੇਰ ਨਾਲ ਤਾਂ ਆਇਆ ਤਾਂ ਦਰੁਸਤ ਤਾਂ ਪਰ ਆਇਆ, ਮੈਂ ਇਹ ਨਹੀਂ ਕਹਿੰਦਾ ਕਿ ਨਹੀਂ, ਚਲੋ ਕਿੰਨੂ ਤਾਂ ਹੁਣ ਆਲਮੋਸਟ ਖਤਮ ਹੋਣ ਦੀ ਕਗਾਰ ਤੇ ਪਹੁੰਚ ਹੀ ਚੁੱਕਿਆ ਤੇ ਦੋ ਇੱਕ ਦੋ ਹਫ਼ਤੇ ਦਿੱਤਾ ਜਾ ਸਕਦਾ, ਪਰ ਉਸ ਤੋਂ ਇਲਾਵਾ ਵੀ ਸਾਡੇ ਕੋਲੇ ਫਰੂਟ ਤਾਂ ਇਹ ਨਹੀਂ ਹੈ ਕਿ ਸਾਡੇ ਕੋਲੇ ਪੰਜਾਬ 'ਚ ਨਹੀਂ ਹੈਗਾ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਇਸ ਕਿਸਮ ਦਾ ਕੋਈ ਫੈਸਲਾ ਹੁੰਦਾ ਤਾਂ ਇਹ ਇੱਕ ਡਾਈਵਰਸੀਫਿਕੇਸ਼ਨ ਵੱਲ ਜ਼ਰੂਰ ਵੱਧਦਾ। ਜੇ ਇਹਨੂੰ ਇਸ ਫੈਸਲੇ ਨੂੰ ਟਿਕਾ ਕੇ ਰੱਖਿਆ ਜਾਏ ਤੇ ਲੌਂਗ ਟਰਮ ਵਾਸਤੇ ਰੱਖਿਆ ਜਾਏ, ਇੱਕ ਬਜਟ ਦੇ ਵਿੱਚ ਇਹਦੀ ਬਜਟਰੀ ਪ੍ਰੋਵੀਜ਼ਨ ਵੀ ਕਰਤੀ ਜਾਏ, ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਸਾਰੇ ਕਿਸਾਨਾਂ ਨੂੰ ਇੱਧਰ ਇਸ ਪਾਸੇ ਵੱਲ ਮੋੜਾ ਦੇਗਾ। ਚਾਹੇ ਕਿਸਾਨ ਆਪਣੇ ਖੇਤ ਦੇ ਨਾਲ ਨਾਲ ਹੀ ਫਰੂਟ ਟਰੀਜ਼ ਲਗਾਉਣ, ਅਮਰੂਦ ਦੇ ਲਗਾਉਣ, ਬੇਰ ਦੇ ਲਗਾਉਣ, ਲੀਚੀ ਦੇ ਲਗਾਉਣ, ਜੋ ਵੀ ਲਗਾਉਣ, ਚਾਰ ਪੰਜ ਫਰੂਟ ਸਾਡੇ ਇੱਥੇ ਬਹੁਤ ਅੱਛੇ ਹੈਗੇ ਨੇ ਜਿਹੜੇ ਚੱਲਦੇ ਆ, ਤੇ ਇਹ ਮਤਲਬ ਉਹਨਾਂ ਨੂੰ ਦਿੱਤੇ ਜਾ ਸਕਦੇ ਆ। ਤਾਂ ਹੁਣ ਫੈਸਲਾ ਹੋ ਗਿਆ ਇਨ ਪ੍ਰਿੰਸੀਪਲ, ਤੇ ਕੱਲ ਨੂੰ ਚਿੱਠੀਆਂ ਵੀ ਨਿਕਲ ਗਈਆਂ ਨੇ ਬਾਗਵਾਨੀ ਡਿਪਾਰਟਮੈਂਟ ਤੋਂ, ਇਹ ਵੀ ਮੰਗਿਆ ਕਿ ਹੋਰ ਕੀ ਕੀਤਾ ਜਾ ਸਕਦਾ। ਉਹਨਾਂ ਦੇ ਉਹਨਾਂ ਦੀ ਜਿਹੜੀ ਡਾਇਰੈਕਟਰ ਹੈ ਸ਼ੈਲਿੰਦਰ ਕੌਰ, ਉਹਨਾਂ ਨੇ ਦੇਣਾ ਵੀ ਹੈ ਇਸ ਤੇ ਆਪਣਾ ਪੂਰਾ ਨੋਟ ਬਣਾ ਕੇ ਕੀ ਕੀ ਹੋਰ ਦਿੱਤਾ ਜਾ ਸਕਦਾ। ਮੈਨੂੰ ਲੱਗਦਾ ਕਿ ਫੈਸਲਾ ਤਾਂ ਅੱਛਾ ਹੈ, ਚਲੋ ਦੇਰ ਨਾਲ ਹੀ ਸਹੀ, ਇੱਕ ਇੱਕ ਸੀਜ਼ਨ ਲੰਘਣ ਨਾਲ ਕੋਈ ਇੰਨਾ ਫਰਕ ਨਹੀਂ ਪੈਂਦਾ, ਪਰ ਇਹ ਆਉਣ ਵਾਲੇ ਸੀਜ਼ਨ ਦੇ ਵਿੱਚ ਤਾਂ ਕਿਸਾਨਾਂ ਨੂੰ ਪ੍ਰੋਤਸਾਹਿਤ ਕਰੇਗਾ ਹੀ। ਜੇ ਬੜੀ ਮੋਟੀ ਜਿਹੀ ਗਿਣਤੀ ਹੈ ਵੀ ਜੇ 5-1 ਲੱਖ ਬੱਚਾ ਹੋਵੇ ਜਿਨ੍ਹਾਂ ਨੂੰ ਇਹ ਫੀਡ ਦਿੱਤੀ ਜਾਂਦੀ ਹੈ ਦੁਪਹਿਰ ਦਾ ਖਾਣਾ, ਔਰ 5 ਲੱਖ ਹਾਂਜੀ
15 ਲੱਖ ਹੈ ਇਸ ਟਾਈਮ। ਮੈਂ 5 ਲੱਖ ਦੀ ਗਿਣਤੀ ਨਾਲ ਚੱਲਦਾ, ਤੁਸੀਂ 3 ਗੁਣਾ ਨਾ ਕਰ ਲਿਓ। ਤੇ 5 ਰੁਪਈਏ ਇੱਕ ਬੱਚੇ ਲਈ ਕੇਂਦਰ ਦਿੰਦਾ ਹੈ ਸ਼ਾਇਦ, 5 ਜਾਂ 6 ਰੁਪਈਏ। ਤੇ 5 ਲੱਖ ਨਾਲ, 5 ਲੱਖ ਨਾਲ ਮਹੀਨੇ ਦਾ 3 ਕਰੋੜ ਬਣਦਾ। ਤੇ ਜੇ ਤੁਸੀਂ 15 ਕਹਿ ਰਹੇ ਹੋ ਤੇ ਤਾਂ ਮਤਲਬ 9-10 ਕਰੋੜ ਰੁਪਈਆ, 10 ਕਰੋੜ ਰੁਪਈਆ ਮਹੀਨੇ ਦਾ ਕਿਸਾਨਾਂ ਨੂੰ ਮਿਲ ਸਕਦਾ ਹੈ ਇੱਥੋਂ ਹੀ ਸਿੱਧਾ, ਜੇਕਰ ਇਹ ਮੰਨਿਆ ਜਾਵੇ ਕੇਂਦਰ ਵੱਲੋਂ ਆਇਆ ਪੈਸਾ ਸਿਰਫ ਚੰਗੇ ਪ੍ਰਸ਼ਾਸਨ ਦੇ ਨਜ਼ਰੀਏ ਤੋਂ। ਇੱਥੋਂ ਦੇ ਗਰੋਵਰਸ ਕੋਲੇ 10 ਕਰੋੜ, ਮਤਲਬ ਜੇ ਤੁਸੀਂ ਲਾਓ ਤਾਂ 120 ਕਰੋੜ ਰੁਪਇਆ ਜਿਹੜਾ ਸਾਲ ਦਾ, ਤੇ ਮੇਰੇ ਖਿਆਲ ਇਹ ਕਾਫੀ ਵੱਡੀ ਅਮਾਉਂਟ ਹੈ। ਮੈਂ ਇਸ ਗੱਲ ਤੇ, ਇਸ ਚੰਗੇ ਫੈਸਲੇ ਦੀ, ਕੁਝ ਹਿੱਸਾ ਸਟੇਟ ਦਾ ਵੀ ਹੈਗਾ ਨਾ, ਮਤਲਬ 60-40 ਦੀ ਰੇਸ਼ੋ ਨਾਲ ਆਣਾ। ਚਲੋ ਇਹਨਾਂ ਦੇ ਵੀ 2 ਰੁਪਈਏ ਚੱਲ ਜਾਣਗੇ, ਹਰਜ ਕੀ ਆ, ਆਪਣੇ ਆਪਣਿਆਂ ਕੋਲ ਜਾਣ, ਮਾੜਾ ਥੋੜੀ ਹੁੰਦਾ। ਪਰ ਅਸੀਂ ਇਸੇ ਚੰਗੇ ਨੋਟ ਤੇ ਪ੍ਰੋਗਰਾਮ ਖਤਮ ਕਰਦੇ ਹਾਂ, ਚੰਗੇ ਫੈਸਲੇ ਨੂੰ ਐਪਰੀਸ਼ੀਏਟ ਕਰਦੇ ਹਾਂ, ਇਹਨਾਂ 3-4 ਅਧਿਕਾਰੀਆਂ ਨੂੰ ਸ਼ਾਬਾਸ਼ ਦਿੰਦੇ ਹਾਂ। ਵੈਸੇ ਸਾਡੀ ਸ਼ਾਬਾਸ਼ ਦੀ ਵੈਲਿਊ ਕੀ ਹੈ ਬਾਈ ਦੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਧੰਨਵਾਦ ਜੀ।